ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਪਲੇਟਫਾਰਮ 'ਤੇ। ਮਾਡਰਨ ਹਿਸਟਰੀ ਦੇ ਵਿੱਚ ਆਪਾਂ ਹੋਮ ਰੂਲ ਲੀਗ ਮੂਵਮੈਂਟ ਬਾਰੇ ਗੱਲ ਕਰ ਰਹੇ ਸੀਗੇ ਅਤੇ ਉਹ ਆਪਾਂ ਟੋਪਿਕ ਕੰਪਲੀਟ ਵੀ ਕਰ ਰਹੇ ਸੀ, ਅਤੇ ਅੱਜ ਜੋ ਟੋਪਿਕ ਆਪਾਂ ਨੇ ਡਿਸਕਸ ਕਰਨਾ ਜੀ ਉਹ ਹੈ ਜੀ ਮਹਾਤਮਾ ਗਾਂਧੀ ਬਾਰੇ। ਮਹਾਤਮਾ ਗਾਂਧੀ ਨੂੰ ਭਾਰਤ ਵਿੱਚ ਲਿਆਉਣ ਤੋਂ ਪਹਿਲਾਂ, ਆਪਣੇ ਫਰੀਡਮ ਸਟਰਗਲ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਥੋੜ੍ਹਾ ਜਿਹਾ ਇਹਨਾਂ ਦਾ ਯੋਗਦਾਨ ਸਾਊਥ ਅਫਰੀਕਾ ਦੇ ਵਿੱਚ ਦੇਖਣਾ ਪਊਗਾ, ਜਿਹਦੇ ਤੋਂ ਆਪਾਂ ਨੂੰ ਪਤਾ ਲੱਗੂਗਾ ਵੀ ਮਹਾਤਮਾ ਗਾਂਧੀ, ਬਾਪੂ ਗਾਂਧੀ ਕਿਹੋ ਜਿਹੀ ਸ਼ਖਸੀਅਤ ਸੀ। ਫਿਰ ਹੀ ਆਪਾਂ ਨੂੰ ਇਹਨਾਂ ਦੇ ਭਾਰਤ ਦੇ ਵਿੱਚ ਜਿਹੜਾ ਫਰੀਡਮ ਸਟਰਗਲ ਦੇ ਵਿੱਚ ਯੋਗਦਾਨ ਸੀਗਾ ਇਹਨਾਂ ਨੇ ਪਾਇਆ ਸੀ, ਉਹਦੀ ਕਦਰ ਹੋਣੀ ਹੈ। ਸੋ ਆਓ ਅੱਜ ਦਾ ਇੱਕ ਟੋਪਿਕ ਸ਼ੁਰੂ ਕਰਦੇ ਹਾਂ ਜੀ। ਇਹਦੀ PDF ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਲੈ ਸਕਦੇ ਹੋ, ਅਤੇ ਮੇਰੇ ਰਾਹੀਂ ਕੋਈ ਕੁਐਰੀ ਇਸ ਨੰਬਰ 'ਤੇ ਕੰਟੈਕਟ ਕਰਕੇ ਤੁਸੀਂ ਮੇਰੇ ਤੋਂ ਸ਼ੁਰੂ ਕਰ ਸਕਦੇ ਹੋ। ਸੋ ਆਓ ਬਾਪੂ ਗਾਂਧੀ ਬਾਰੇ ਸ਼ੁਰੂ ਕਰਦੇ ਹਾਂ। ਤਾਂ ਦੇਖੋ ਇਸ ਲੈਕਚਰ ਦੇ ਵਿੱਚ ਆਪਾਂ ਬਾਪੂ ਗਾਂਧੀ ਦੀ ਜੀਵਨੀ ਬਾਰੇ ਗੱਲ ਨਹੀਂ ਕਰਨੀ ਵੀ ਉਹਨਾਂ ਦਾ ਨਾਮ ਆਇਆ ਸੀ, ਇੰਨੇ ਭਾਈ ਸੀ, ਇੰਨੇ ਉਹਦੇ ਡੈਡੀ ਦਾ ਨਾਮ ਆ ਸੀ, ਮੰਮੀ ਦਾ ਨਾਮ ਆ ਸੀਗਾ, ਠੀਕ ਹੈ, ਆਹ ਸ਼ੌਕ ਸੀਗਾ ਉਹਨਾਂ ਨੂੰ, ਆਹ ਝੁਮਕਾ, ਠੀਕ ਹੈ, ਜਿਹੜੇ ਕੁਛ ਆਪਾਂ ਸਕੂਲ ਦੇ ਵਿੱਚ ਐਸਿਆਂ ਦੇ ਵਿੱਚ ਲਿਖ ਦਿੰਦੇ ਸੀ ਉਹ ਕੁਛ ਨਹੀਂ ਆਪਾਂ ਪੜ੍ਹ ਲਿਖਾ। ਉਹਦੇ ਵਾਸਤੇ ਤੁਸੀਂ ਮਹਾਤਮਾ ਗਾਂਧੀ ਦੀ ਕਿਤਾਬ ਪੜ੍ਹ ਸਕਦੇ ਹੋ, ਬਾਈ ਐਕਸਪੈਰੀਮੈਂਟਸ ਵਿਦ ਟਰੁੱਥ, ਮੈਂ ਵੀ ਸ਼ੁਰੂ ਕਰੀ ਹੋਈ ਸੀਗੀ, ਮੈਂ ਤੈਨੂੰ ਪੜ੍ਹੀ ਨਹੀਂ ਗਈ ਕੋਈ, ਚਲੋ ਟਾਈਮ ਨਹੀਂ ਮਿਲਦਾ, ਤੁਸੀਂ ਪੜ੍ਹ ਸਕਦੇ ਹੋ, ਵਧੀਆ ਚੰਗੀ ਕਿਤਾਬ ਹੈਗੀ, ਇਹਨਾਂ ਦੀ ਆਟੋਬਾਇਓਗ੍ਰਾਫੀ ਹੈਗੀ, ਉਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਮਹਾਤਮਾ ਗਾਂਧੀ ਬਾਰੇ, ਇਹਨਾਂ ਦਾ ਦੇਸ਼ ਦੀ ਆਜ਼ਾਦੀ 'ਚ ਕੀ ਯੋਗਦਾਨ ਰਿਹਾ। ਚਲੋ ਆਪਾਂ ਟੋਪਿਕ ਵੱਲ ਵੱਧਦੇ ਹਾਂ। ਮਹਾਤਮਾ ਗਾਂਧੀ ਨੂੰ ਆਪਾਂ ਸਿਰਫ ਜਿਹੜਾ ਆਪਣਾ ਮਾਡਰਨ ਇੰਡੀਆ ਦਾ ਇਤਿਹਾਸ ਹੈ ਉਹਦੇ ਵਿੱਚ ਕੀ ਯੋਗਦਾਨ ਹੈਗਾ ਅਤੇ ਉਹਦੇ ਰਿਲੇਟਡ ਉਹਦੇ ਪੱਖ ਦੇ ਵਿੱਚ ਹੀ ਆਪਾਂ ਕੁਝ ਗੱਲਾਂ ਕਰਾਂਗੇ, ਤਾਂ ਕੁਝ ਕੁ ਬੇਸਿਕ ਗੱਲਾਂ ਤਾਂ ਆਪਾਂ ਨੂੰ ਪੜ੍ਹਨੀਆਂ ਪੈਣਗੀਆਂ। ਬਾਪੂ ਗਾਂਧੀ ਦਾ ਪੂਰਾ ਨਾਮ ਸੀਗਾ ਮੋਹਨਦਾਸ ਕਰਮਚੰਦ ਗਾਂਧੀ, ਇਹਨਾਂ ਦੇ ਨਾਣੇਦਾਰ ਦਾ ਨਾਮ ਸੀਗਾ ਕਰਮਚੰਦ ਗਾਂਧੀ। 2 ਅਕਤੂਬਰ 1869 ਨੂੰ ਇਹਨਾਂ ਦਾ ਜਨਮ ਹੋਇਆ ਸੀ ਗੁਜਰਾਤ ਦੇ ਪੋਰਬੰਦਰ ਵਿਖੇ, ਜੋ ਕਿ ਗੁਜਰਾਤ ਦੀ ਕਾਠੀਵਾੜ ਜਿਹੜੀ ਪ੍ਰਿੰਸਲੀ ਸਟੇਟ ਸੀ, ਰਿਆਸਤੀ ਸੂਬਾ ਸੀ, ਉਹਦੇ ਵਿੱਚ ਪੈਂਦਾ ਸੀ। ਅਤੇ ਇਸ ਜਿਹੜਾ ਰਾਜਾ ਹੁੰਦਾ ਸੀਗਾ ਉਹਦੇ ਰਾਜੇ ਦਾ ਜਿਹੜਾ ਮੰਤਰੀ ਹੁੰਦਾ ਸੀ ਦੀਵਾਨ, ਉਹ ਇਹਨਾਂ ਦੇ ਨਾਣੇਦਾਰ ਸਾਹਿਬ ਹੁੰਦੇ ਸੀਗੇ। ਸੋ ਬਾਪੂ ਗਾਂਧੀ ਦੇ ਫਾਦਰ ਦੀਵਾਨ ਹੁੰਦੇ ਸੀਗੇ ਕਾਠੀਵਾੜ ਸਟੇਟ ਦੇ, ਠੀਕ ਹੈ, ਅਤੇ 3-4 ਭਾਈ ਸੀਗੇ, ਲਾੜਿਆਂ ਦੇ ਮੁੰਡੇ ਸੀਗੇ ਬਾਪੂ ਗਾਂਧੀ ਹੋਰੀ, ਅਤੇ ਇਹਨਾਂ ਦਾ ਛੋਟੀ ਉਮਰੇ ਵਿਆਹ ਕਰ ਦਿੱਤਾ ਗਿਆ ਸੀ। ਅਤੇ ਉਸ ਵਿਆਹ ਤੋਂ ਬਾਅਦ ਵੀ ਇਹ ਫਿਰ ਪੜ੍ਹਾਈ ਕਰਨ ਗਏ ਲਾਅ ਦੀ, ਕਿੱਥੇ, ਇੰਗਲੈਂਡ। ਸੋ ਇੰਗਲੈਂਡ ਇਹ ਚਲੇ ਗਏ ਲਾਅ ਦੀ ਪੜ੍ਹਾਈ ਕਰਨ, ਅਤੇ 1893 ਦੇ ਵਿੱਚ ਜਦੋਂ ਸਾਰਾ ਕੁਛ ਹੋ ਗਿਆ ਸੀ, ਪੜ੍ਹਾਈ ਲਿਖਾਈ ਹੋ ਗਈ ਸੀ, ਇਹ ਕੇਸ ਵੀ ਫੜਨ ਲੱਗ ਗਏ ਸੀਗੇ, ਵਕੀਲ ਬਣ ਗਏ ਸੀਗੇ, ਅਤੇ ਇਹਨਾਂ ਨੂੰ ਫਿਰ ਸੱਦ ਲਿਆ ਸਾਊਥ ਅਫਰੀਕਾ 'ਚ ਇੱਕ ਬੰਦੇ ਨੇ, ਇੱਕ ਕਲਾਇੰਟ ਸੀਗਾ, ਉਹਦਾ ਨਾਮ ਸੀਗਾ ਦਾਦਾ ਅਬਦੁੱਲਾ। ਦਾਦਾ ਅਬਦੁੱਲਾ ਦਾ ਕੋਈ ਰੌਲਾ ਹੋਣਾ ਸਾਊਥ ਅਫਰੀਕਾ 'ਚ ਕੋਈ ਕੇਸ ਹੋਣਾ, ਉਹ ਕੇਸ ਨੂੰ ਨਿਪਟਾਉਣ ਦੇ ਲਈ ਮਹਾਤਮਾ ਗਾਂਧੀ ਨੂੰ ਸੱਦਿਆ ਗਿਆ ਇਹਨਾਂ ਦੁਆਰਾ ਵੀ ਭਾਈ ਆਓ ਮੇਰੇ ਕੇਸ ਦਾ ਨਿਬੇੜਾ ਕਰੋ। ਅਤੇ ਜਦੋਂ ਮਹਾਤਮਾ ਗਾਂਧੀ ਇਹਨਾਂ ਦੇ ਕੇਸ ਦੇ ਲੜਨ ਦੇ ਲਈ ਸਾਊਥ ਅਫਰੀਕਾ ਆਏ, ਉਦੋਂ ਆ ਕੇ ਇਹਨਾਂ ਨੇ ਅਫਰੀਕਾ ਦੇ ਵਿੱਚ ਇੱਕ ਗੱਲ ਦੇਖੀ ਵੀ ਇੱਥੇ ਤਾਂ ਨਸਲਵਾਦ ਹੀ ਬਹੁਤ ਹੈਗੀ, ਨਸਲਵਾਦ ਦਾ ਜਿਹੜਾ ਕੀੜਾ ਹੈ ਤਾਂ ਬਹੁਤ ਜ਼ਿਆਦਾ ਹੈ, ਅਤੇ ਮਤਲਬ ਜੇ ਕਹੋ ਜਿਹੜੇ ਗੋਰੇ ਲੋਕ ਨੇ, ਵਾਈਟ ਗੋਰੀ ਚਮੜੀ ਵਾਲੇ ਲੋਕ ਨੇਗੇ, ਉਹ ਤਾਂ ਦੂਜੇ ਬਰਾਊਨ ਚਮੜੀ ਅਤੇ ਬਲੈਕ ਚਮੜੀ ਵਾਲੇ ਲੋਕਾਂ ਦੇ ਨਾਲ ਭਾਈ ਬਹੁਤ ਭੱਦਾ ਵਿਵਹਾਰ ਕਰਦੇ ਨੇਗੇ, ਆਪਦੇ ਆਪ ਨੂੰ ਸਭ ਤੋਂ ਉੱਤੇ ਮੰਨਦੇ ਨੇਗੇ, ਅਤੇ ਖਾਸ ਕਰਕੇ ਏਸ਼ੀਅਨਸ ਜਿਹੜੇ ਸਬਜੈਕਟ ਨੇਗੇ, ਬ੍ਰਿਟਿਸ਼ ਸਬਜੈਕਟ ਨੇ, ਖਾਸ ਕਰਕੇ ਇੰਡੀਅਨਸ ਅਫਰੀਕਾ ਦੇ ਵਿੱਚ ਕੰਮ ਕਰਨ ਆਉਂਦੇ ਨੇ, ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਅੱਤਿਆਚਾਰ ਹੁੰਦਾ ਦੇਖ ਮਹਾਤਮਾ ਗਾਂਧੀ ਨੂੰ, ਭਾਈ ਅੱਗ ਲੱਗੀ ਉਹਨਾਂ ਦੇ ਦਿਲ 'ਚ, ਅਤੇ ਉਹ ਕਹਿੰਦੇ ਵੀ ਇਹ ਚੀਜ਼ ਮੈਂ ਚੱਲਣ ਦੇਣੀ, ਇਹ ਚੀਜ਼ ਤਾਂ ਮੈਂ ਬੰਦ ਕਰਕੇ ਰਹੂੰਗਾ। ਸੋ ਫਿਰ ਸਾਊਥ ਅਫਰੀਕਾ ਦੇ ਵਿੱਚ ਰਹਿ ਕੇ ਭਾਰਤੀ ਵਰਕਰਸ ਦੇ ਨਾਲ ਮਿਲ ਕੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਦੇ ਲਈ ਜਿਹੜੀ ਜਿਹੜੀ ਲੜਾਈਆਂ ਲੜੀਆਂ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ। 1914 ਤੱਕ ਮਹਾਤਮਾ ਗਾਂਧੀ ਸਾਊਥ ਅਫਰੀਕਾ ਰਹੇ, 1893 ਤੋਂ ਲੈ ਕੇ 1914 ਤੱਕ, ਠੀਕ ਹੈ, ਲਗਭਗ 20 ਸਾਲ ਦੇ ਕਰੀਬ ਉੱਥੇ ਰਹੇ, ਉੱਥੇ ਕਾਫ਼ੀ ਇਹਨਾਂ ਨੇ ਮੂਵਮੈਂਟ ਦੇ ਵਿੱਚ ਆਪਦਾ ਯੋਗਦਾਨ ਵੀ ਪਾਇਆ, ਉਹਨਾਂ ਬਾਰੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ, ਇੰਪੋਰਟੈਂਟ ਆ ਉਹ ਪੇਪਰ ਪੁਆਇੰਟ ਆਫ ਵਿਊ ਦੇ ਲਈ। ਅਤੇ ਫਿਰ 1915 'ਚ ਇਹ ਭਾਰਤ ਇਹਨਾਂ ਦੀ, ਤੁਸੀਂ ਕਹਿ ਲਓ ਅਫਰੀਕਾ ਤੋਂ ਭਾਰਤ ਵੱਲ ਇਹਨਾਂ ਦੀ ਰਵਾਨਗੀ ਹੁੰਦੀ ਹੈ। ਫਿਰ ਭਾਰਤ ਆ ਕੇ ਇਹਨਾਂ ਨੇ ਕਿਹੜੇ ਕਿਹੜੇ ਸੱਤਿਆਗ੍ਰਹਿ ਸ਼ੁਰੂ ਕੀਤੇ ਅਨੁਸਾਰ ਉਹਦੇ ਬਾਰੇ ਆਪਾਂ ਕੱਲ੍ਹ ਦੇ ਲੈਕਚਰ ਵਿੱਚ ਡਿਸਕਸ ਕਰਾਂਗੇ। ਕੱਲ੍ਹ ਨੂੰ ਹੀ ਅੱਜ ਨੂੰ ਹੀ ਦੂਸਰਾ ਲੈਕਚਰ ਅਪਲੋਡ ਕਰੂੰਗਾ, ਪਿਛਲੇ 2-3 ਦਿਨ ਤੋਂ ਜਿਹੜੇ ਲੈਕਚਰ ਨਹੀਂ ਆਏ ਸੀ, ਕੋਸ਼ਿਸ਼ ਮੈਂ ਇਹ ਕਰਿਆ ਕਰੂੰਗਾ ਹੁਣ ਤੋਂ ਵੀ ਸੈਚਰਡੇ ਸੰਡੇ ਆਪਾਂ ਪੂਰੀ ਕੋਸ਼ਿਸ਼ ਕਰਿਆ ਕਰਾਂਗੇ ਵੀ ਘੱਟੋ ਘੱਟ 3 ਜਾਂ 4 ਲੈਕਚਰ ਇਹ 2 ਵੀਕਐਂਡ ਵਾਲੇ ਦਿਨਾਂ ਦੇ ਵਿੱਚ ਅਪਲੋਡ ਕਰਦਿਆ ਕਰਾਂ, ਤਾਂ ਕਿ ਤੁਹਾਡਾ ਕੋਈ ਵੀ ਗੈਪ ਨਾ ਪਵੇ। ਅੱਛਾ, ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਸਾਊਥ ਅਫਰੀਕਾ ਦੇ ਵਿੱਚ ਜਿਹੜੇ ਭਾਰਤੀ ਰਹਿੰਦੇ ਸੀ ਉਹ ਕਿਹੜੇ ਕਿਹੜੇ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਕਲਾਸੀਫਾਈ ਕਰਿਆ ਜਾਂਦਾ ਸੀ। 3 ਤਰ੍ਹਾਂ ਦੇ ਭਾਰਤੀ ਅਫਰੀਕਾ ਦੇ ਵਿੱਚ ਰਹਿੰਦੇ ਹੁੰਦੇ ਸੀ, ਖਾਸ ਕਰਕੇ ਸਾਊਥ ਅਫਰੀਕਾ ਜਿਹੜਾ ਪੋਰਸ਼ਨ ਸੀਗਾ ਮੈਪ ਦੇ ਵਿੱਚ ਵੀ ਤੁਹਾਨੂੰ ਦਿਖਾਉਂਗਾ ਮੈਂ, ਉਹ ਕਿਹੜੇ ਕਿਹੜੇ ਹੁੰਦੇ ਸੀਗੇ। ਇੱਕ ਤਾਂ ਸੀਗੇ ਇੰਡੈਂਚਰਡ ਇੰਡੀਅਨ ਲੇਬਰ, ਇਹ ਬੇਸਿਕਲੀ ਮੇਨਲੀ ਜਿਹੜਾ ਸਾਊਥ ਇੰਡੀਆ, ਅੱਜ ਵੀ ਤੁਸੀਂ ਦੇਖ ਲਓ ਕੇਰਲਾ ਦੇ ਜਿਹੜੇ ਆਪਣੀ ਸਟੇਟ ਹੋ ਗਈ, ਉਹ ਸਟੇਟ ਤੋਂ ਕਿੰਨੇ ਜਿਹੜੇ ਲੋਕ ਨੇਗੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ, ਖਾਸ ਕਰਕੇ ਗਲਫ ਕੰਟਰੀਜ਼ ਨੇ, ਉੱਥੇ ਜਾ ਕੇ ਕੰਮ ਕਰਦੇ ਨੇਗੇ। ਸੋ ਉਹਨਾਂ ਦੇ ਨਾਲ ਵਿੱਚ ਵੀ ਜਿਹੜਾ ਸਾਊਥ ਇੰਡੀਆ ਸੀ ਮੇਨਲੀ, ਇੱਥੋਂ ਇੰਡੈਂਚਰਡ ਲੇਬਰ ਜਾਂਦੇ ਸੀ ਜੋ ਕਿ ਸ਼ੂਗਰ ਪਲਾਂਟੇਸ਼ਨ ਦੇ ਵਿੱਚ ਜਾ ਕੇ ਕੰਮ ਕਰਦੇ ਸੀਗੇ। ਇਹਨਾਂ ਨਾਲ ਕੰਟਰੈਕਟ ਸਾਈਨ ਕਰਿਆ ਹੁੰਦਾ ਸੀ ਅੰਗਰੇਜ਼ਾਂ ਨੇ, ਅਤੇ ਇਹ ਕੰਟਰੈਕਟ ਮਿੱਥੇ ਸਮੇਂ ਦਾ ਹੁੰਦਾ ਸੀਗਾ, ਅਤੇ ਉਸ ਉੱਥੇ ਜਾ ਕੇ ਬਸ ਇਹਨਾਂ ਨੂੰ ਮਾੜਾ ਮੋਟੇ ਪੈਸੇ ਦਿੰਦੇ ਸੀ ਅਤੇ ਉੱਥੇ ਜਾ ਕੇ ਕੰਮ
ਇਹ ਵੀ ਉੱਥੇ ਹੀ ਹੁੰਦੇ ਸੀਗੇ ਅਫਰੀਕਾ ਦੇ ਵਿੱਚ। ਤੀਸਰੇ ਸੀਗੇ ਐਕਸ ਇੰਡੈਂਚਰਡ ਲੇਬਰ, ਇਹ ਐਕਸ ਇੰਡੈਂਚਰਡ ਲੇਬਰ ਅੱਗੇ ਵੀ ਆਉਣਗੇ ਆਪਣੇ ਅੱਗੇ ਵੀ ਚਰਚਾ 'ਚ ਆਉਣਗੇ। ਇਹ ਕੌਣ ਹੁੰਦੇ ਸੀ? ਇਹ ਬੇਸਿਕਲੀ ਉਹ ਦਿਹਾੜੀਦਾਰ ਮਜ਼ਦੂਰ ਹੁੰਦੇ ਸੀ ਜਿਹਨਾਂ ਦਾ ਜਿਹੜਾ ਕੰਟਰੈਕਟ ਹੁੰਦਾ ਸੀ ਉਹਦਾ ਖਤਮ ਹੋ ਗਿਆ ਸੀ। ਕੰਟਰੈਕਟ ਖਤਮ ਹੋਣ ਤੋਂ ਬਾਅਦ ਇਹ ਅਫਰੀਕਾ ਦੇ ਵਿੱਚ ਹੀ ਸੈਟਲ ਡਾਊਨ ਹੋ ਗਏ, ਭਾਰਤ ਮੁੜਨ ਦੀ ਬਜਾਏ ਉੱਥੇ ਇਹਨਾਂ ਦੇ ਬਾਲ ਬੱਚੇ ਪਲ ਗਏ। ਇਹਨਾਂ ਨੂੰ ਐਕਸ ਇੰਡੈਂਚਰਡ ਲੇਬਰ ਕਿਹਾ ਜਾਂਦਾ, ਜਿਹਦੇ ਕਿ ਆਪਦੇ ਕੰਟਰੈਕਟ ਦੇ ਐਕਸਪਾਇਰ ਹੋਣ ਤੋਂ ਬਾਅਦ ਵੀ ਅਫਰੀਕਾ ਦੇ ਵਿੱਚ ਹੀ ਸੈਟਲ ਰਹੇ। ਤੇ ਇਹਨਾਂ 'ਚ ਜਿਹੜੇ ਮੋਸਟਲੀ ਤੁਸੀਂ ਕਹਿ ਲਓ ਭਾਰਤ ਸੀਗੇ ਉਹ ਅਨਪੜ੍ਹ ਸੀਗੇ, ਉਹਨਾਂ ਨੂੰ ਇੰਗਲਿਸ਼ ਦੀ ਕੋਈ ਵੀ ਲਗਭਗ ਤੁਸੀਂ ਕਹਿ ਲਓ ਕੋਈ ਵੀ ਨੌਲੇਜ ਨਹੀਂ ਸੀ। ਉਹਨਾਂ ਦੇ ਨਾਲ ਬਹੁਤ ਹੀ ਭੱਦਾ ਵਿਵਹਾਰ ਹੁੰਦਾ ਸੀਗਾ, ਰੇਸ਼ਲ ਡਿਸਕ੍ਰਿਮੀਨੇਸ਼ਨ ਉਹਨਾਂ ਨੂੰ ਫੇਸ ਕਰਨਾ ਪੈਂਦਾ ਸੀ। ਤੇ ਇਸ ਚੀਜ਼ ਨੂੰ ਉਹਨਾਂ ਨੇ ਐਕਸੈਪਟ ਵੀ ਕਰ ਲਿਆ ਸੀ ਵੀ ਚਲੋ ਇਹ ਤਾਂ ਹੁਣ ਆਪਣਾ ਲਾਈਫ ਦਾ ਡੇਲੀ ਦਾ ਹਿੱਸਾ ਬਣ ਚੁੱਕਿਆ ਹੈਗਾ ਤੇ ਇਹ ਚੀਜ਼ ਨੂੰ ਆਪਾਂ ਨੂੰ ਮੰਨਣਾ ਪਊਗਾ। ਤੇ ਉਹਨਾਂ ਨੂੰ ਨਾ ਤਾਂ ਕੋਈ ਵੋਟ ਪਾਉਣ ਦਾ ਅਧਿਕਾਰ ਹੁੰਦਾ ਸੀ, ਤੇ ਅਫਰੀਕਾ ਦੇ ਵਿੱਚ ਵੀ ਕੁਝ ਕੁ ਪਰਟੀਕੁਲਰ ਜਗ੍ਹਾ ਹੁੰਦੀਆਂ ਸੀਗੀਆਂ ਜਿੱਥੇ ਉਹਨਾਂ ਨੂੰ ਰਹਿਣ ਦਿੱਤਾ ਜਾਂਦਾ ਸੀ। ਸਾਰੇ ਅਫਰੀਕਾ ਦੇ ਵਿੱਚ ਘੁੰਮ ਨਹੀਂ ਸਕਦੇ ਸੀ, ਸਾਰੀਆਂ ਗਲੀਆਂ ਸੜਕਾਂ ਦੇ ਵਿੱਚ ਜਾ ਨਹੀਂ ਸਕਦੇ ਸੀਗੇ। ਜਿੱਥੇ ਇਹ ਰਹਿੰਦੇ ਸੀ ਉੱਥੋਂ ਦੀ ਹਾਲਤ ਬਹੁਤ ਜ਼ਿਆਦਾ ਘਟੀਆ ਹੁੰਦੀ ਸੀਗੀ। ਸੋ ਇਹ ਤਰ੍ਹਾਂ ਦਾ ਵਿਵਹਾਰ ਹੁੰਦਾ ਸੀਗਾ ਇਹਨਾਂ ਲੋਕਾਂ ਦੇ ਨਾਲ ਅਫਰੀਕਾ ਦੇ ਵਿੱਚ। ਹੁਣ ਬਾਪੂ ਗਾਂਧੀ ਜਦੋਂ 1893 ਨੂੰ ਅਫਰੀਕਾ ਆਏ, ਇਹ ਕਿਸੇ ਕੰਮ ਵਾਸਤੇ ਜਾ ਰਹੇ ਸੀਗੇ? ਡਰਬਨ ਤੋਂ ਪ੍ਰਿਟੋਰੀਆ, ਪ੍ਰਿਟੋਰੀਆ ਸਾਊਥ ਅਫਰੀਕਾ ਦੀ ਇੱਕ ਕੈਪੀਟਲ ਵੀ ਹੈ। ਦੱਸੋ ਭਾਈ ਕਿਹੜੀ ਕੈਪੀਟਲ ਹੈ, ਲੈਜਿਸਲੇਟਿਵ, ਐਗਜੀਕਿਊਟਿਵ ਜਾਂ ਜੁਡੀਸ਼ੀਅਲ, ਦੱਸੋ ਮੈਨੂੰ ਕਮੈਂਟ ਬਾਕਸ ਦੇ ਵਿੱਚ। ਸੋ ਡਰਬਨ ਤੋਂ ਪ੍ਰਿਟੋਰੀਆ ਇਹ ਜਾ ਰਹੇ ਸੀਗੇ ਰੇਲ ਗੱਡੀ ਦੇ ਵਿੱਚ, ਵਧੀਆ ਇਹਨਾਂ ਕੋਲ ਬਿਜ਼ਨਸ ਕਲਾਸ ਦੇ ਟਿਕਟ ਸੀ, ਕਿਉਂ ਭਾਈ ਵਕੀਲ ਸੀ ਭਾਈ, ਪੈਸਾ ਟਾਕਾ ਗਾਂਧੀ ਕੋਲ ਵੀ ਵਧੀਆ ਸੀਗਾ, ਤੇ ਵਧੀਆ ਫਸਟ ਕਲਾਸ 'ਚ ਜਾ ਰਹੇ ਸੀਗੇ, ਏਸੀ ਕੋਚ ਹੋਣਾ ਉਹ। ਤੇ ਜਦੋਂ ਉੱਥੇ ਬੈਠੇ ਇਹ, ਕਿਸੇ ਯੂਰੋਪੀਅਨ ਕੋਈ ਅੰਗਰੇਜ਼ ਹੋਣਾ ਬੈਠਾ ਉਹ ਤੋਂ ਬੈਠਾ ਬਾਪੂ ਗਾਂਧੀ ਜਰਿਆਣੀ ਗਿਆ, ਉਹਨੇ ਜਿਹੜਾ ਆਪਣਾ ਤੁਸੀਂ ਕਹੋ ਪੀਸੀ ਸੀਗਾ ਉਹਨੂੰ ਕਹਿਤਾ ਵੀ ਆਹ ਕੁੜੀ ਜਾਂ ਕੌਣ ਬੈਠਾ ਹੈਗਾ ਇਹਨੂੰ ਟੱਕਰੋ, ਇਹਨੂੰ ਸਿੱਟੋ ਰੇਲ ਗੱਡੀ 'ਚੋਂ ਬਾਹਰ, ਠੀਕ ਹੈ। ਤੇ ਉਹਦੇ ਆਰਡਰ 'ਤੇ ਫਿਰ ਕੀ ਕੀਤਾ ਗਿਆ ਵੀ ਉਹ ਕਹਿੰਦੇ ਸੀ ਵੀ ਭਾਈ ਇਹ ਫਸਟ ਕਲਾਸ ਤਾਂ ਸਿਰਫ ਜਿਹੜੇ ਯੂਰੋਪੀਅਨ ਮੈਨ ਨੇ ਵਾਈਟ ਚਮੜੇ ਲੋਕ ਨੇ ਉਹਨਾਂ ਵਾਸਤੇ ਬਣਿਆ, ਇਹ ਕੁੜੀ ਵਰਗਾ ਜਿਹੜਾ ਬੰਦਾ ਹੈਗਾ ਠੀਕ ਹੈ ਇਹ ਅੰਗਰੇਜ਼ ਤਾਂ ਲੱਗਦਾ ਨਹੀਂ ਹੈਗਾ, ਇਹ ਕੌਣ ਹੈਗਾ ਇੱਥੇ ਕਿਵੇਂ ਬਹਿ ਗਿਆ ਇਹਨੂੰ ਇੱਥੋਂ ਭਜਾਓ। ਸੋ ਬਾਪੂ ਗਾਂਧੀ ਨੂੰ ਕਿਹਾ ਗਿਆ ਵੀ ਚੱਲ ਕਾਕਾ ਤੁਰ ਇੱਥੋਂ, ਬਾਪੂ ਗਾਂਧੀ ਕਹਿੰਦਾ ਕਿਉਂ ਮੇਰੇ ਕੋਲ ਟਿਕਟ ਹੈ, ਐਵੇਂ ਥੋੜ੍ਹੀ ਮੈਂ ਬੈਠਾ ਠੀਕ ਹੈ ਵਿੱਚ ਥੋੜ੍ਹੀ ਬੈਠਾ। ਤੇ ਬਾਪੂ ਗਾਂਧੀ ਨੇ ਰਿਫਿਊਜ਼ ਕਰਤਾ, ਜਵਾਬ ਦਿੱਤਾ ਕਹਿੰਦਾ ਮੈਂ ਨਹੀਂ ਛੱਡਦਾ ਤੁਹਾਡਾ ਕੋਚ। ਫਿਰ ਹੋਇਆ ਕਿ ਬਾਪੂ ਗਾਂਧੀ ਨੂੰ ਰੇਲ ਗੱਡੀ ਤੇ ਚੱਲਦੀ ਰੇਲ ਗੱਡੀ ਦੇ ਵਿੱਚੋਂ ਹੇਠਾਂ ਸਿੱਟਤਾ, ਕਿੱਥੇ ਜਿਹੜਾ ਪਿਟਸ ਮੈਰੀਬਰਗ ਜਿਹੜਾ ਰੇਲਵੇ ਸਟੇਸ਼ਨ ਸੀਗਾ ਉੱਥੇ। ਇਹ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਨਾ ਵੀ ਕਿੱਥੋਂ ਬਾਪੂ ਗਾਂਧੀ ਨੂੰ ਰੇਲ ਗੱਡੀ 'ਚੋਂ ਸਿੱਟਿਆ ਸੀਗਾ। ਹੁਣ ਗੱਲ ਕਰਦੇ ਹਾਂ ਬਾਪੂ ਗਾਂਧੀ ਦਾ ਜਿਹੜਾ ਸਟਰਗਲ ਸੀਗਾ ਅਫਰੀਕਾ ਦੇ ਵਿੱਚ, ਉਹ ਦੋ ਹਿੱਸਿਆਂ ਦੇ ਵਿੱਚ ਵੱਡਾ ਹੈ। ਇੱਕ ਤਾਂ ਸੀਗਾ ਮੋਡਰੇਟ ਫੇਜ਼ ਆਫ ਸਟਰਗਲ ਜਿਹਦੇ ਵਿੱਚ ਬਾਪੂ ਗਾਂਧੀ ਨੇ ਬੇਨਤੀਆਂ ਵਗੈਰਾ ਕੀਤੀਆਂ ਸੀਗੀਆਂ, ਜਾਂ ਫਿਰ ਇਸ ਸਟਰਗਲ ਦੇ ਵਿੱਚ ਬਾਪੂ ਗਾਂਧੀ ਅੰਗਰੇਜ਼ਾਂ ਦੇ ਪੱਖ ਦੇ ਵਿੱਚ ਹੁੰਦੇ ਸੀ ਤਾਂ ਕਿ ਅੰਗਰੇਜ਼ਾਂ ਦੇ ਨਾਲ ਰਹਿ ਕੇ ਆਪਾਂ ਸਾਊਥ ਅਫਰੀਕਾ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀ ਕੰਡੀਸ਼ਨ ਸੁਧਾਰ ਸਕੀਏ। ਫਿਰ ਜਦੋਂ ਪਾਣੀ ਸਿਰ ਉੱਤੋਂ ਦੇ ਲੰਘਿਆ ਬਾਪੂ ਗਾਂਧੀ ਨੇ, ਫਿਰ ਇਹਨਾਂ ਨੇ ਦੂਸਰਾ ਪੈਸਿਵ ਫੇਜ਼ ਵੀ ਸ਼ੁਰੂ ਕੀਤਾ ਸੀਗਾ ਰਜਿਸਟਰਾਂ ਦਾ, ਜਿਹਦੇ ਵਿੱਚ ਬਾਪੂ ਗਾਂਧੀ ਨੂੰ ਅਫਰੀਕਾ ਦੇ ਵਿੱਚ ਜੇਲ੍ਹ ਵੀ ਹੋਈ ਸੀ। ਸੋ ਆਓ ਪਹਿਲਾਂ ਤਾਂ ਮਾਡਰਨ ਫੇਜ਼ ਦੇਖਦੇ ਹਾਂ ਇਹਨਾਂ ਦੇ ਸਟਰਗਲ ਦਾ, ਕਿਉਂਕਿ 1894 ਤੋਂ ਲੈ ਕੇ ਲਗਭਗ 1906 ਤੱਕ ਚੱਲਿਆ ਸੀ। ਸੋ ਇਸ ਫੇਜ਼ ਦੇ ਵਿੱਚ ਬਾਪੂ ਗਾਂਧੀ ਨੇ ਪਟੀਸ਼ਨਾਂ ਦਾਇਰ ਕੀਤੀਆਂ ਸਾਊਥ ਅਫਰੀਕਾ ਦੇ ਵਿੱਚ ਜਿਹੜੀ ਅੰਗਰੇਜ਼ ਹਕੂਮਤ ਸੀ, ਤੇ ਬ੍ਰਿਟੇਨ ਦੇ ਵਿੱਚ ਵੀ ਦਾਇਰ ਕੀਤੀਆਂ ਵੀ ਭਾਈ ਇੱਥੇ ਦੇ ਲੋਕ ਰਹਿੰਦੇ ਨੇ, ਖਾਸ ਕਰਕੇ ਇੰਡੀਅਨ ਸਬਜੈਕਟ ਨੇਗੇ ਜਿਹੜੇ ਉਹਨਾਂ ਦੀ ਹਾਲਤ ਚੰਗੀ ਨੇ, ਤੁਸੀਂ ਕੋਈ ਭਾਈ ਸਟੈਪ ਚੁੱਕੋ, ਇਹਨਾਂ ਦੇ ਜਿਹੜੇ ਪ੍ਰੋਬਲਮ ਨੇ ਇਹਨਾਂ ਦੇ ਜਿਹੜੇ ਗ੍ਰੀਵੀਅੰਸ ਨੇ ਉਹਨਾਂ ਨੂੰ ਰੀਡਰੈਸ ਕੀਤਾ ਜਾ ਸਕੇ। ਤੇ ਬਾਪੂ ਗਾਂਧੀ ਨੂੰ ਇਹ ਉਮੀਦ ਵੀ ਸੀ ਵੀ ਅੰਗਰੇਜ਼ ਸਾਡੀ ਕੋਈ ਹੈਲਪ ਕਰਨਗੇ, ਕਿਉਂਕਿ ਉੱਥੇ ਭਾਰਤੀ ਦੀ ਜਿਹੜੀ ਦੁਰਦਸ਼ਾ ਸੀਗੀ ਉਹ ਬਾਪੂ ਗਾਂਧੀ ਤੋਂ ਝੱਲੀ ਨਹੀਂ ਜਾਂਦੀ। ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਇੰਡੀਅਨ ਓਪੀਨੀਅਨ ਨਾਮ ਦਾ ਅਖਬਾਰ ਚਲਾਇਆ ਜੀ 1904 ਦੇ ਵਿੱਚ। ਇਹ ਥੋੜ੍ਹੇ ਆਪਾਂ ਪਹਿਲਾਂ ਡਿਸਕਸ ਕਰ ਲਿਆ, ਕੋਈ ਗੱਲ ਨਹੀਂ ਆਪਾਂ ਕਰਦੇ ਹਾਂ ਕੋਈ ਚੱਕਰ ਨਹੀਂ। ਇੰਡੀਅਨ ਓਪੀਨੀਅਨ ਨਾਮ ਦਾ ਪੇਪਰ ਸੀਗਾ 1904 ਚਲਾਇਆ ਸੀ, ਇਹ ਬਹੁਤ ਇੰਪੋਰਟੈਂਟ ਟੂਲ ਬਣਿਆ ਸੀਗਾ ਇਹਨਾਂ ਦੇ ਵਾਸਤੇ, ਇਹਨਾਂ ਦੀ ਜਿਹੜੀ ਪੋਲੀਟੀਕਲ ਮੂਵਮੈਂਟ ਸੀ ਅਫਰੀਕਾ ਦੇ ਵਿੱਚ ਉਹਨੂੰ ਅੱਗੇ ਲੈ ਕੇ ਜਾਣ ਦੇ ਲਈ ਠੀਕ ਹੈ। ਇਹਦੇ ਵਿੱਚ ਇਹ ਆਰਟੀਕਲ ਵਗੈਰਾ ਛਪ ਜਾਂਦੇ ਸੀ, ਰੇਸ਼ਲ ਡਿਸਕ੍ਰਿਮੀਨੇਸ਼ਨ ਕਿਵੇਂ ਹੁੰਦਾ ਹੈਗਾ, ਲੋਕਾਂ ਦੇ ਸਿਵਲ ਰਾਈਟਸ ਕਿਵੇਂ ਜਿੱਤਣੇ ਨੇ, ਇਮੀਗ੍ਰੈਂਟ ਜਿਹੜੇ ਇੰਡੀਅਨ ਕਮਿਊਨਿਟੀ ਹੈ ਸਾਊਥ ਅਫਰੀਕਾ ਦੇ ਵਿੱਚ ਕੰਮ ਕਰਦੀ ਆ ਉਹਨਾਂ ਨੂੰ ਕਿਵੇਂ ਅਧਿਕਾਰ ਦਿਵਾਉਣੇ ਨੇ, ਇਸ ਚੀਜ਼ ਨੂੰ ਮੂਹਰੇ ਲੈ ਕੇ ਜਾਣ ਦੇ ਲਈ ਇਹਨਾਂ ਦੇ ਇਸ ਅਖਬਾਰ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਠੀਕ ਹੈ। ਫਿਰ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਇੰਡੀਅਨ ਨੈਸ਼ਨਲ ਕਾਂਗਰਸ ਕੀ ਚੀਜ਼ ਸੀ। ਬੇਸਿਕਲੀ ਭਾਰਤ ਦੇ ਜਿਹੜੇ ਡਿਫਰੈਂਟ ਰਿਲੀਜੀਅਨ ਧਰਮਾਂ ਦੇ ਲੋਕ ਰਹਿੰਦੇ ਨੇਗੇ, ਕਲਾਸੀ ਦੇ ਲੋਕ ਰਹਿੰਦੇ ਸੀਗੇ, ਉਹਨਾਂ ਸਾਰਿਆਂ ਨੂੰ ਯੂਨਾਈਟ ਕਰਨ ਦੇ ਲਈ, ਏਕਾ ਕਰਨ ਦੇ ਲਈ ਮਹਾਤਮਾ ਗਾਂਧੀ ਨੇ 1894 ਦੇ ਵਿੱਚ ਨੈਸ਼ਨਲ ਇੰਡੀਅਨ ਕਾਂਗਰਸ ਦੀ ਸਥਾਪਨਾ ਕੀਤੀ ਸੀ ਠੀਕ ਹੈ। ਇਹ ਬੇਸਿਕਲੀ ਨੋਨ ਵਾਇਲੈਂਟ ਪ੍ਰੋਟੈਸਟ ਕਰਦੇ ਸੀਗੇ, ਕਿਹਨਾਂ ਦੇ ਖਿਲਾਫ, ਆ ਜਿਹੜੇ ਵਾਈਟ ਲੋਕ ਨੇਟਿਵ ਅਫਰੀਕਾ ਦੇ ਖੁਦ ਦੇ ਨੇਟਿਵ ਲੋਕ ਨੇ ਤੇ ਭਾਰਤੀ ਨੇ ਉਹਨਾਂ ਦੇ ਖਿਲਾਫ ਜਿਹੜਾ ਵੀ ਇਹ ਭੱਦਾ ਵਿਵਹਾਰ ਕਰਦੇ ਨੇ, ਓਪਰੈਸਿਵ ਟ੍ਰੀਟਮੈਂਟ ਕਰਦੇ ਨੇ, ਉਹਨਾਂ ਦੇ ਖਿਲਾਫ ਇਹ ਨੋਨ ਵਾਇਲੈਂਟ ਪ੍ਰੋਟੈਸਟ ਕਰਦੇ ਸੀਗੇ ਤਾਂ ਕਿ ਇਹ ਗੱਲਾਂ ਅੰਗਰੇਜ਼ ਹਕੂਮਤ ਤੱਕ ਜਾ ਸਕਣ ਤੇ ਇਹ ਚੀਜ਼ਾਂ ਨੂੰ ਰੋਕਿਆ ਜਾ ਸਕੇ। ਫਿਰ ਬੋਇਰ ਵਾਰ ਹੋਈਆਂ, ਬੋਇਰ ਵਾਰ ਦੇ ਵਿੱਚ ਬੇਸਿਕਲੀ ਕੀ ਸੀ ਆਪਾਂ ਤੁਹਾਨੂੰ ਸਮਝਾਉਣਾ। ਦੇਖੋ ਬੋਇਰ ਅਫਰੀਕਾ ਦੇ ਵਿੱਚ ਬੋਇਰ
ਅੱਜ ਦੇ ਸਮੇਂ ਦੇ ਵਿੱਚ ਮੈਪ ਟੋਟਲੀ ਚੇਂਜ ਹੈ, ਜਿਵੇਂ ਭਾਰਤ ਦਾ ਫਿਰ ਕਿਸੇ ਸਮੇਂ ਮੈਪ ਕੁਝ ਹੋਰ ਹੁੰਦਾ ਸੀ, ਅੱਜ ਦੇ ਸਮੇਂ ਕੁਝ ਹੋਰ ਹੈ, ਕਾਫੀ ਕੁਝ ਚੇਂਜਿਸ ਆ ਗਏ, ਉਵੇਂ ਅਫਰੀਕਾ ਦੇ ਮੈਪ ਦੇ ਵਿੱਚ ਵੀ ਬਹੁਤ ਚੇਂਜ ਆਏ ਸੀ। ਸੋ ਉਸ ਵੇਲੇ ਜਿਹੜਾ ਅੱਜ ਦਾ ਸਾਊਥ ਅਫਰੀਕਾ ਹੈ, ਠੀਕ ਹੈ, ਉਸ ਵੇਲੇ ਇਹ ਸਾਰਾ ਏਰੀਆ ਬੋਅਰ ਕਿੰਗਡਮ ਹੁੰਦਾ ਸੀ। ਇਹਦੇ ਵਿੱਚ ਕਾਫੀ ਸਟੇਟਾਂ ਹੁੰਦੀਆਂ ਸੀਗੀਆਂ, ਪ੍ਰਿੰਸੀਪਲ ਸਟੇਟਾਂ ਕਹਿ ਲਓ, ਜਿਵੇਂ ਕਿ ਔਰੰਜ ਫ੍ਰੀ ਸਟੇਟ, ਦੂਸਰੀ ਟਰਾਂਸਵਾਲ ਤੇ ਤੀਸਰੀ ਨੈਟਲ। ਆ ਮੈਪ 'ਚ ਦੇਖੋ, ਆ ਸਾਊਥ ਅਫਰੀਕਾ ਰਿਪਬਲਿਕ, ਇਹਨੂੰ ਟਰਾਂਸਵਾਲ ਕਹਿੰਦੇ ਸੀ, ਆ ਔਰੰਜ ਫ੍ਰੀ ਸਟੇਟ, ਆ ਕੁਝ ਹਿੱਸਾ ਨੈਟਲ ਦਾ, ਇਹ ਸਾਰਾ ਏਰੀਆ ਲਗਭਗ ਮਿਲ ਕੇ ਜਿਹੜਾ ਬੋਅਰ ਰਿਪਬਲਿਕ ਸੀਗਾ ਇਹ ਬਣਾਉਂਦਾ ਸੀ। ਤੇ ਇੱਥੇ ਜਿਹੜੇ ਰਾਜ ਰਹਿੰਦੇ ਸੀਗੇ ਉਹਨਾਂ ਨੂੰ ਬੋਅਰ ਕਿੰਗਸ ਕਹਿੰਦੇ ਸੀ। ਹੁਣ ਅੰਗਰੇਜ਼ ਕੀ ਚਾਹੁੰਦੇ ਸੀ? ਉਹ ਅੰਗਰੇਜ਼ ਚਾਹੁੰਦੇ ਸੀ ਵੀ ਇਹਨਾਂ ਦੀ ਜ਼ਮੀਨ ਹੈ, ਖੇਤੀ ਵਧੀਆ ਹੁੰਦੀ ਹੈ, ਇਹਨਾਂ ਦੀ ਜ਼ਮੀਨਾਂ ਨੂੰ ਅਕਵਾਇਰ ਕਰਿਆ ਜਾਵੇ। ਬਟ ਉਹ ਜ਼ਮੀਨ ਆਪਣੀ ਕਿੱਥੋਂ ਦੇਣ ਨੂੰ ਤਿਆਰ ਸੀ? ਸੋ ਜ਼ਮੀਨ ਅਕਵਾਇਰ ਕਰਨ ਦੇ ਲਈ ਅੰਗਰੇਜ਼ਾਂ ਨੇ ਇਹਨਾਂ ਦੇ ਨਾਲ ਦੋ ਲੜਾਈਆਂ ਲੜੀਆਂ, ਜਿਨ੍ਹਾਂ ਨੂੰ ਬੋਅਰ ਵਾਰ ਕਿਹਾ ਜਾਂਦਾ ਹੈਗਾ। ਸੋ ਪਹਿਲੀ ਜਿਹੜੀ ਬੋਅਰ ਵਾਰ ਸੀ ਉਹਦੇ ਵਿੱਚ ਤਾਂ ਭਾਈ ਅੰਗਰੇਜ਼ ਹਾਰ ਗਏ, ਠੀਕ ਹੈ, ਅੰਗਰੇਜ਼ ਹਾਰ ਗਏ ਤੇ ਬੋਅਰ ਸੀਗੇ ਜਿਹੜੇ ਉਹਨਾਂ ਨੇ ਆਪਣੀ ਫਰੀਡਮ ਡਿਕਲੇਅਰ ਕਰਤੀ। ਬਟ ਦੂਸਰੀ ਜਿਹੜੀ ਬੋਅਰ ਵਾਰ ਸੀ 1899 ਤੋਂ ਲੈ ਕੇ 1902 ਤੱਕ ਚੱਲੀ, ਉਹਦੇ ਵਿੱਚ ਤੁਸੀਂ ਕਹਿ ਲਓ ਬੋਅਰ ਕਿੰਗਡਮ ਨੂੰ ਅਨੈਕਸ ਕਰ ਲਿਆ ਗਿਆ ਤੇ ਇਹਨਾਂ ਨੂੰ ਬ੍ਰਿਟਿਸ਼ ਕਲੋਨੀਜ਼ ਬਣਾ ਲਿਆ ਗਿਆ। ਸੋ ਪਹਿਲੀ 1881 ਜੋ ਸੀ, ਦੂਸਰੀ 1899 ਦੇ ਵਿੱਚ ਸ਼ੁਰੂ ਹੋ ਗਈ ਸੀਗੀ। ਤੇ ਬਾਪੂ ਗਾਂਧੀ ਨੇ ਇਹਨਾਂ ਬੋਅਰ ਲੋਕਾਂ ਦੇ ਸਾਥ ਦੇਣ ਦੀ ਜਗ੍ਹਾ ਉਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਕਾਹਤੋਂ ਅੰਗਰੇਜ਼ਾਂ ਸਾਥ ਉਹਨਾਂ ਨੇ ਇਸ ਲਈ ਦਿੱਤਾ ਵੀ ਭਾਈ ਉਹ ਚਾਹੁੰਦੇ ਸੀਗੇ ਵੀ ਚਲੋ ਜੇ ਅੰਗਰੇਜ਼ ਕੁਛ ਕਰ ਰਹੇ ਨੇ ਤਾਂ ਇਹਨਾਂ ਲੋਕਾਂ ਨੂੰ ਸਿਵਲਾਈਜ਼ ਕਰਦੇ ਲਈ ਕੁਛ ਕਰ ਰਹੇ ਨੇ, ਇਹਨਾਂ ਦੀ ਜ਼ਿੰਦਗੀ ਸੁਧਾਰਨ ਦੇ ਲਈ ਕਰ ਰਹੇ ਨੇ, ਤਾਂ ਕਰਕੇ ਅੰਗਰੇਜ਼ਾਂ ਦੀ ਮਦਦ ਕੀਤੀ ਜਾ ਸਕੀ, ਤਾਂ ਕਿ ਇਹਨਾਂ ਲੋਕਾਂ ਦੀ ਵੀ ਜ਼ਿੰਦਗੀ ਸੁਧਾਰੀ ਜਾ ਸਕੀ। ਸੋ ਮਹਾਤਮਾ ਗਾਂਧੀ ਨੇ ਫਿਰ ਅੰਗਰੇਜ਼ਾਂ ਦੀ ਮਦਦ ਕਰਨ ਲਈ 1100 ਬੰਦਿਆਂ ਦਾ ਇਕੱਠ ਕੀਤਾ, ਵਲੰਟੀਅਰ ਇਕੱਠੇ ਕੀਤੇ ਤੇ ਉਹਨਾਂ ਵਲੰਟੀਅਰ ਨੂੰ ਇੰਡੀਅਨ ਐਂਬੂਲੈਂਸ ਕੋਰਪਸ ਦਾ ਨਾਮ ਦਿੱਤਾ। ਇਹ ਜਿਹੜੇ ਮਹਾਤਮਾ ਗਾਂਧੀ ਦੇ ਵਲੰਟੀਅਰ ਹੁੰਦੇ ਸੀਗੇ ਇਹ ਬੇਸਿਕਲੀ ਬ੍ਰਿਟਿਸ਼ ਆਰਮੀ ਦੀ ਮਦਦ ਕਰਦੇ ਸੀਗੇ, ਭਾਈ ਘਨੱਈਆ ਟਰੱਸਟ ਵੱਲੋਂ, ਜਿਵੇਂ ਕਿ ਪਾਣੀ ਪਿਲਾਤਾ, ਠੀਕ ਹੈ, ਕੋਈ ਫੌਜੀ ਘਾਇਲ ਹੈਗਾ ਜ਼ਖਮੀ ਹੈ ਉਹਦੀ ਮਰਮ ਪੱਟੀ ਕਰਕੇ ਇਹ ਆ ਕੁਛ, ਠੀਕ ਹੈ। ਸੋ ਇਸ ਸੇਵਾ ਨਿਭਾਉਣ ਦੇ ਵਜੋਂ ਮਹਾਤਮਾ ਗਾਂਧੀ ਨੂੰ ਇਹ ਲੜਾਈ ਜਿੱਤਣ ਤੋਂ ਬਾਅਦ ਅੰਗਰੇਜ਼ਾਂ ਦੁਆਰਾ ਬੋਅਰ ਵਾਰ ਮੈਡਲ ਵੀ ਦਿੱਤਾ ਗਿਆ ਉਹਨਾਂ ਦੀ ਸਰਵਿਸ ਲਈ। ਫਿਰ ਆ ਗਿਆ ਜੀ ਫੀਨਿਕਸ ਫਾਲ। 1904 ਦੇ ਵਿੱਚ ਮਹਾਤਮਾ ਗਾਂਧੀ ਨੇ ਨੈਟਲ ਪ੍ਰੋਵਿੰਸ, ਜਿਹੜੀ ਕਿ ਤੁਹਾਨੂੰ ਮੈਪ 'ਚ ਦਿਖਾਈ ਹੈਗੀ, ਠੀਕ ਹੈ, ਤੇ ਆ ਲਓ ਨੈਟਲ ਪ੍ਰੋਵਿੰਸ, ਇੱਥੇ ਰਹਿ ਕੇ ਇਹਨਾਂ ਨੇ ਫੀਨਿਕਸ ਫਾਲ ਦੀ ਸਥਾਪਨਾ ਕੀਤੀ। ਇਹ ਇੰਸਪਾਇਰ ਹੋਏ ਜੋਨ ਰਸਕਿਨ, ਬਹੁਤ ਹੀ ਤਕੜੇ ਕ੍ਰਿਟਿਕ ਸੀਗੇ ਪੂੰਜੀਵਾਦ ਦੇ, ਠੀਕ ਹੈ, ਇਹਨਾਂ ਦੀ ਕਿਤਾਬ ਸੀਗੀ ਅਨਟੂ ਦਾ ਲਾਸਟ, ਆ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਹੈਗੀ ਜੋਨ ਰਸਕਿਨ ਦੀ। ਇਹਨਾਂ ਤੋਂ ਇੰਸਪਾਇਰ ਹੋ ਕੇ ਇਹਨਾਂ ਨੇ ਫੀਨਿਕਸ ਫਾਲ ਦੀ ਸਥਾਪਨਾ ਕੀਤੀ। ਬੇਸਿਕਲੀ ਇਸ ਫਾਲ ਦੇ ਵਿੱਚ ਰਹਿ ਕੇ ਮਹਾਤਮਾ ਗਾਂਧੀ ਇਹ ਲੋਕਾਂ ਨੂੰ ਦੱਸਦੇ ਵੀ ਭਾਈ ਆਪਦੀ ਪਰਸਨਲ ਹਾਈਜੀਨ ਹੈ ਇਹਦਾ ਧਿਆਨ ਰੱਖਿਆ ਕਰੋ, ਪ੍ਰੋਪਰ ਸੈਨੀਟੇਸ਼ਨ ਦਾ ਧਿਆਨ ਰੱਖੋ, ਸਾਫ਼ ਸੁਥਰੇ ਬਣ ਕੇ ਰਿਹਾ ਕਰੋ, ਪ੍ਰੋਪਰ ਡਾਇਟ ਰਹੋ, ਠੀਕ ਹੈ, ਨਸ਼ੇ ਪੱਤਿਆਂ ਨੂੰ ਦੂਰ ਰਹੋ, ਵਧੀਆ ਭੋਜਨ ਖਾਓ, ਠੀਕ ਹੈ, ਨੈਚੁਰਲ ਪਿਓਰ ਦੀ ਵਰਤੋਂ ਕਰੋ, ਠੀਕ ਹੈ। ਸੋ ਇਹ ਚੀਜ਼ਾਂ ਪ੍ਰੀਚ ਕਰਦੇ ਰਹਿੰਦੇ ਸੀਗੇ ਲੋਕਾਂ ਦਾ ਲਾਈਫ ਸਟਾਈਲ ਸੁਧਾਰਨ ਦੇ ਲਈ ਮਹਾਤਮਾ ਗਾਂਧੀ ਇਸ ਫੀਨਿਕਸ ਫਾਰਮ ਦੇ ਵਿੱਚ। ਫਿਰ ਦੇਖੋ ਐਕਟਿਵ ਰਜਿਸਟੈਂਸ ਆਪਾਂ ਦੇਖ ਲਿਆ, ਮੋਡਰੇਟ ਫੇਸ ਦੇਖ ਲਿਆ, ਵੀ ਚਲੋ ਜੋ ਵੀ ਕੁਛ ਹੋਇਆ ਮਹਾਤਮਾ ਗਾਂਧੀ ਹਾਲੇ ਤੱਕ ਤਾਂ ਅੰਗਰੇਜ਼ਾਂ ਦੇ ਪੱਖ 'ਚ ਸੀ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦਾ ਪੈਸਿਵ ਰਜਿਸਟੈਂਸ, ਯਾਨੀ ਕਿ ਹੁਣ ਇਹ ਅੰਗਰੇਜ਼ਾਂ ਦੇ ਵਿਰੁੱਧ ਜਾਣ ਲੱਗ ਗਏ ਹੌਲੀ ਹੌਲੀ, ਤੇ ਕਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ਼ ਵਿਦਰੋਹ ਚਲਾਇਆ, ਉਸ ਤਰੀਕੇ ਦਾ ਨਾਮ ਸੀਗਾ ਸੱਤਿਆਗ੍ਰਹਿ। ਨੋਨ ਵਾਇਲੈਂਟ ਤਰੀਕੇ ਦੇ ਨਾਲ ਬਿਨਾਂ ਲੜੇ ਝਗੜੇ ਇਹਨਾਂ ਨੇ ਆਪਣੇ ਹੱਕ ਦਵਾਏ ਉਹਨਾਂ ਭਾਰਤੀਆਂ ਨੂੰ ਜੋ ਕਿ ਅਫਰੀਕਾ 'ਚ ਰਹਿੰਦੇ ਸੀ, ਤੇ ਜਿਹੜੇ ਅਫਰੀਕਾ ਦੇ ਖੁਦ ਨੇਟਿਵ ਲੋਕ ਸੀ ਉਹਨਾਂ ਨੂੰ ਹੱਕ ਦਵਾਏ ਇਸ ਸੱਤਿਆਗ੍ਰਹਿ ਦੀ ਟੈਕਨੀਕ ਦੇ ਨਾਲ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜ਼ੁਲੂ ਵਾਰ, 1906 ਦੇ ਵਿੱਚ ਇਹ ਆਪਾਂ ਦੇਖਣ ਨੂੰ ਮਿਲੀਆਂ। ਸੋ ਇਹ ਵੀ ਇੱਕ ਕਮਿਊਨਿਟੀ ਹੁੰਦੀ ਸੀ ਅਫਰੀਕਾ ਦੇ ਵਿੱਚ, ਇਹਨਾਂ ਦੀ ਪਾਪੂਲੇਸ਼ਨ ਨੂੰ ਅੰਗਰੇਜ਼ਾਂ ਨੇ ਅਟੈਕ ਕਰਤਾ, ਤੇ ਬੇਸਿਕਲੀ ਇਹ ਨੈਟਲ ਪ੍ਰੋਵਿੰਸ ਦੇ ਵਿੱਚ ਇਹ ਲੜਾਈ ਦੇਖਣ ਨੂੰ ਮਿਲੀ, ਜੋ ਕਿ ਆਪਾਂ ਮੈਪ ਦੇ ਵਿੱਚ ਦੇਖੀ ਹੈ 1906 ਦੇ ਵਿੱਚ। ਤੁਹਾਡੇ ਤੋਂ ਕਰਨੋਲਜੀ ਦੇ ਵਿੱਚ ਪੇਪਰ ਵਾਲਾ ਪੁੱਛ ਸਕਦਾ ਹੈਗਾ ਵੀ ਆਹ ਦੱਸੋ ਬੋਅਰ ਵਾਰ ਕਦੋਂ ਹੋਈ, ਜ਼ੁਲੂ ਵਾਰ ਕਦੋਂ ਹੋਈ, ਤੇ ਦੋ ਤਿੰਨ ਫੀਨਿਕਸ ਫਾਰਮ ਕਦੋਂ ਸਟੈਬਲਿਸ਼ ਕੀਤਾ, ਠੀਕ ਹੈ, ਲਿਟਲ ਇੰਡੀਅਨ ਕਾਂਗਰਸ ਕਦੋਂ ਬਣਾਈ, ਇਹ ਤਿੰਨ ਚਾਰ ਚੀਜ਼ਾਂ ਦੇ ਕੇ ਤੁਹਾਨੂੰ ਪੇਪਰ ਵਾਲਾ ਕਹਿ ਦੂਗਾ। ਇਹਨਾਂ ਨੂੰ ਕਰਨੋਲਜੀ ਦੇ ਵਿੱਚ ਅਰੇਂਜ ਕਰੋ, ਸਭ ਤੋਂ ਪਹਿਲਾਂ ਕਿਹੜੀ ਚੀਜ਼ ਘਟਨਾ ਹੋਈ, ਸਭ ਤੋਂ ਬਾਅਦ ਕੌਣ ਕਿਹੜੀ ਚੀਜ਼ ਹੋਈ, ਠੀਕ ਹੈ। ਸੋ ਜਿਹੜੀ ਇਹ ਜ਼ੁਲੂ ਵਾਰ ਸੀ ਇਹਦੇ ਵਿੱਚ ਜਿਹੜੇ ਜ਼ੁਲੂ ਲੋਕ ਸੀ ਇਹਨਾਂ ਨੂੰ ਇਹ ਚਾਹੀਦਾ ਸੀਗਾ ਵੀ ਅੰਗਰੇਜ਼ ਸਾਨੂੰ ਸਾਡੇ ਜਿਹੜੇ ਜ਼ਮੀਨੀ ਅਧਿਕਾਰ ਨੇ ਉਹ ਵਾਪਸ ਦਿੱਤੇ ਹਨ, ਜਿਹੜੇ ਹੈਵੀ ਟੈਕਸ ਸਾਤੋਂ ਕਲੈਕਟ ਕਰਦੇ ਨੇਗੇ ਉਹਨਾਂ ਨੂੰ ਖਤਮ ਕਰਨ, ਤੇ ਹਾਊਐਵਰ ਜਿਹੜੇ ਇਹ ਚੀਜ਼ਾਂ ਖਤਮ ਵੀ ਕੀਤੀ, ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੇ ਇਹਨਾਂ ਉੱਪਰ ਅਟੈਕ ਕਰਤਾ, ਤੇ ਗਾਂਧੀ ਨੇ ਇਸ ਵਾਰ ਵੀ ਬ੍ਰਿਟਿਸ਼ ਅੰਗਰੇਜ਼ਾਂ ਦੀ ਸਾਈਡ ਲਿੱਤੀ, ਤੇ ਇਹਦੇ ਲਈ ਇਹਨਾਂ ਨੂੰ ਜ਼ੁਲੂ ਵਾਰ ਮੈਡਲ ਦਿੱਤਾ ਇਹਨਾਂ ਦੀ ਸਰਵਿਸ ਦੇ ਲਈ। ਫਿਰ ਹੁਣ ਆਪਾਂ ਗੱਲ ਕਰਦੇ ਹਾਂ ਮਹਾਤਮਾ ਗਾਂਧੀ ਅੰਗਰੇਜ਼ਾਂ ਦੇ ਵਿਰੁੱਧ ਜਾਣ ਲੱਗ ਗਏ ਭਾਈ, ਕਿਉਂਕਿ ਹੁਣ ਅੰਗਰੇਜ਼ਾਂ ਦੇ ਹੱਕ 'ਚ ਲੜ ਕੇ ਵੀ ਬਾਪੂ ਗਾਂਧੀ ਨੇ ਦੇਖ ਲਿਆ ਵੀ ਇਹ ਤਾਂ ਬਹੁਤ ਮਤਲਬ ਵੀ ਬਹੁਤ ਰਹੇ ਬੰਦੇ ਯਾਰ, ਇਹ ਤਾਂ ਕੱਲ ਨੂੰ ਮੇਰੀ ਵੀ ਸੁਣਦੇ ਕਿ ਗਾਂਧੀ ਨੇ ਦੇਖ ਵੀ ਲਿਆ ਸੀ ਅੰਗਰੇਜ਼ਾਂ ਦੀ ਮਦਦ ਕਰਨ ਦਾ ਸਿੱਟਾ ਕੀ ਨਿਕਲਿਆ। ਇਹਨਾਂ ਨੇ 21 ਸੱਤਿਆਗ੍ਰਹਿ ਚਲਾਇਆ ਸੀ, ਪਹਿਲਾਂ ਉਹਦੇ ਵਿੱਚ ਵੀ ਉਹਦੇ ਵਿੱਚ ਹੀ ਬਾਪੂ ਗਾਂਧੀ ਨੂੰ ਹੋਗੀ ਜੇਲ੍ਹ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਜਿਸਟ੍ਰੇਸ਼ਨ ਸਰਟੀਫਿਕੇਸ਼ਨ, ਇਹ ਜਿਹੜਾ ਆਇਆ ਸੀਗਾ ਇਹ ਐਕਟ ਸੀਗਾ ਰਜਿਸਟ੍ਰੇਸ਼ਨ ਐਕਟ 1906 ਦੇ ਵਿੱਚ ਲਿਆਂਦਾ ਗਿਆ ਸੀ। ਇਹਨੂੰ ਲੈ ਕੇ ਬਾਪੂ
ਉਹਨੇ ਜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਾਣਾ ਹੈ ਤਾਂ ਉਹਨੂੰ ਹਰੇਕ ਟਾਈਮ ਆਪਦੇ ਹੱਥਾਂ ਦੇ ਵਿੱਚ ਜਿਹੜਾ ਰਜਿਸਟ੍ਰੇਸ਼ਨ ਸਰਟੀਫਿਕੇਟ ਹੈ ਜਿਹਦੇ ਵਿੱਚ ਉਹਦੇ ਉਂਗਲਾਂ ਦੇ ਨਿਸ਼ਾਨ ਨੇ ਉਹ ਹਮੇਸ਼ਾ ਆਪਦੇ ਨਾਲ ਰੱਖਣਾ ਪਊਗਾ। ਹੁਣ ਇਹ ਤਾਂ ਭਾਈ ਬਹੁਤ ਔਖਾ ਸੀ ਆਪਦੇ ਨਾਲ ਰੱਖਣਾ, ਕੋਈ ਕੋਲੇ ਦੀ ਖਦਾਨ 'ਚ ਜਾਂਦਾ ਸੀ, ਕੋਈ ਮਾਈਨਿੰਗ ਕਰਨ ਜਾਂਦਾ ਸੀ, ਕੋਈ ਦਿਹਾੜੀ ਕਰਨ ਜਾਂਦਾ ਸੀ, ਹਰੇਕ ਟਾਈਮ ਇਹ ਸਰਟੀਫਿਕੇਟ ਨੂੰ ਚੱਕਣਾ ਕਿਵੇਂ ਪੋਸੀਬਲ ਸੀ। ਉਹ ਪਾੜ ਜੇ, ਮੀਂਹ ਆ ਜੇ, ਉਹ ਭਿੱਜ ਜੇ, ਸੌ ਤਰ੍ਹਾਂ ਦੇ ਹੋ ਸਕਦੇ ਨੇ। ਸੋ ਇਹ ਕਿਹੋ ਜਿਹਾ ਘਟੀਆ ਜਿਹਾ ਇਹਨਾਂ ਨੇ ਐਕਟ ਲਿਆਂਦਾ, ਇਸ ਕਰਕੇ ਇਹਨੂੰ ਬਲੈਕ ਐਕਟ ਵੀ ਕਿਹਾ ਜਾਂਦਾ ਸੀ। ਇਸ ਬਲੈਕ ਐਕਟ ਨੂੰ ਤੁਸੀਂ ਰੋਲ ਟੈਕਟ ਦੇ ਨਾਲ ਕਨਫਿਊਜ਼ ਨਹੀਂ ਕਰਨਾ, ਉਹ ਵੀ 1919 ਚ ਆਇਆ ਸੀਗਾ, ਉਹਨੂੰ ਵੀ ਬਲੈਕ ਐਕਟ ਕਿਹਾ ਜਾਂਦਾ ਸੀ, ਬਟ ਇਹ ਹੋਰ ਐਕਟ ਸੀਗਾ। ਸੋ ਗਾਂਧੀ ਦੀ ਲੀਡਰਸ਼ਿਪ ਦੇ ਅੰਡਰ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਅੰਗਰੇਜ਼ ਹਕੂਮਤ ਦੇ ਸਾਹਮਣੇ ਜਿਹੜੇ ਆਪਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਸੀਗੇ ਉਹਨਾਂ ਨੂੰ ਅੱਗ ਲਾਈ, ਠੀਕ ਹੈ, ਤੇ ਸੱਤਿਆਗ੍ਰਹਿ ਨੋਨ ਵਾਇਲੈਂਟ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ। ਹੋਇਆ ਕੀ, ਨਤੀਜਾ ਕੀ ਨਿਕਲਿਆ? ਬਾਪੂ ਗਾਂਧੀ ਜੇਲ੍ਹ 'ਚ। ਸੋ ਬਾਪੂ ਗਾਂਧੀ ਜੇਲ੍ਹ 'ਚ ਹੋ ਗਏ, ਫਿਰ ਲੋਕਾਂ ਨੇ ਹੋਰ ਵਿਰੋਧ ਕੀਤਾ, ਫਿਰ ਸਾਊਥ ਅਫਰੀਕਾ ਦੇ ਵਿੱਚ ਜਿਹੜੀ ਬ੍ਰਿਟਿਸ਼ ਸਰਕਾਰ ਸੀਗੀ ਉਹਦੀ ਬਹੁਤੀ ਤੁਸੀਂ ਕਹਿ ਲਓ ਵਧੀਆ ਛਵੀ ਨਹੀਂ ਬਣੀ, ਠੀਕ ਹੈ, ਉਹਨਾਂ ਦੀ ਬਦਨਾਮੀ ਹੋਣ ਲੱਗ ਗਈ। ਫਿਰ ਫਾਈਨਲੀ ਬਾਪੂ ਗਾਂਧੀ ਨੂੰ ਲੰਡਨ ਭੇਜ ਦਿੱਤਾ ਗਿਆ ਨੈਗੋਸ਼ੀਏਸ਼ਨਾਂ ਕਰਨ ਦੇ ਲਈ, ਤੇ ਫਿਰ ਫਾਈਨਲੀ ਬ੍ਰਿਟਿਸ਼ ਨੇ ਅੰਗਰੇਜ਼ਾਂ ਨੇ ਇਹ ਰਜਿਸਟ੍ਰੇਸ਼ਨ ਐਕਟ ਖਤਮ ਕਰਤਾ, ਰੀਪੀਲ ਕਰਤਾ। ਫਿਰ 1910 ਦੇ ਵਿੱਚ ਬਾਪੂ ਗਾਂਧੀ ਨੇ ਟੋਲਸਟਾਏ ਨਾਮ ਦਾ ਫਾਰਮ ਅਸਟੈਬਲਿਸ਼ ਕੀਤਾ, ਠੀਕ ਹੈ। ਇਹ ਕੀ ਸੀਗਾ ਬੇਸਿਕਲੀ, ਇਹਦੇ ਵਿੱਚ ਜਿਹੜੇ ਸੱਤਿਆਗ੍ਰਹੀ ਬਾਪੂ ਗਾਂਧੀ ਦੇ ਨਾਲ ਜੁੜੇ ਹੋਏ ਸੀਗੇ, ਲੋਕਾਂ ਨੂੰ ਉਹਨਾਂ ਦੇ ਹੱਕ ਦਵਾਉਣ ਦੇ ਲਈ ਇਹ ਬਾਪੂ ਗਾਂਧੀ ਦੇ ਨਾਲ ਜਾਂਦੇ ਸੀਗੇ, ਉਹਨਾਂ ਦੇ ਘਰ ਪਰਿਵਾਰਾਂ ਨੂੰ ਰਹਿਣ ਦੇ ਲਈ ਆਪਣੀ ਜ਼ਿੰਦਗੀ, ਜਿਹਨਾਂ ਕੋਲ ਘਰ ਪਰਿਵਾਰ ਨਹੀਂ ਹੈਗਾ ਆਪਣੀ ਜ਼ਿੰਦਗੀ ਜੀ ਸਕਣ, ਸਸਟੇਨ ਕਰ ਸਕਣ, ਉਹਦੇ ਵਾਸਤੇ ਇਹ ਟੋਲਸਟਾਏ ਫਾਰਮ ਬਣਾਇਆ ਗਿਆ ਸੀ। ਉਸ ਤੋਂ ਇਲਾਵਾ ਇੱਥੇ ਐਜੂਕੇਸ਼ਨ ਨੂੰ ਵੀ ਮੁੱਖ ਰੱਖਿਆ ਜਾਂਦਾ ਸੀਗਾ, ਪੜ੍ਹਾਇਆ ਲਿਖਾਇਆ ਵੀ ਜਾਂਦਾ ਸੀ ਬੱਚਿਆਂ ਨੂੰ, ਤੇ ਡੇਲੀ ਜਿਹੜੀਆਂ ਤੁਸੀਂ ਕਹਿ ਲਓ ਜੀਣ ਦੇ ਲਈ ਜਿਹੜੀਆਂ ਚੀਜ਼ਾਂ ਬੰਦਾ ਸਿੱਖ ਸਕਦਾ ਹੈਗਾ ਉਹ ਵੀ ਸਿਖਾਈ ਜਾਂਦੀ ਸੀ, ਜਿਵੇਂ ਕਿ ਉਹ ਐਜੂਕੇਸ਼ਨ ਕਲਾਸਿਸ ਤੋਂ ਇਲਾਵਾ ਮੁੰਡੇ ਕੁੜੀਆਂ ਨੂੰ ਵੀ ਐਨਕਰੇਜ ਕੀਤਾ ਜਾਂਦਾ ਸੀ ਵੀ ਇਕੱਠੇ ਰਲ ਕੇ ਰਿਹਾ ਕਰੋ, ਕੰਮ ਕਰਿਆ ਕਰੋ, ਠੀਕ ਹੈ, ਜਿਵੇਂ ਕਿ ਕੁਕਿੰਗ, ਸਕੈਵੇਂਜਿੰਗ, ਠੀਕ ਹੈ, ਸਾਫ਼ ਸਫਾਈ ਦਾ ਧਿਆਨ ਰੱਖਣਾ, ਸੈਂਡਲ ਮੇਕਿੰਗ, ਕਾਰਪੈਂਟਰੀ, ਇਹ ਚੀਜ਼ਾਂ ਦੇ ਗੁਣ ਵੀ ਸਿਖਾਏ ਜਾਂਦੇ ਸੀ ਤਾਂ ਕਿ ਬੰਦਾ ਭੁੱਖਣ ਵਰ ਸਕੇ, ਆਪਦੇ ਖਾਣ ਜੋਗਾ ਕਰ ਸਕੇ। ਬਾਪੂ ਗਾਂਧੀ ਦਾ ਇਹ ਓਬਜੈਕਟਿਵ ਸੀ ਇਸ ਫਾਰਮ ਨੂੰ ਸਟੈਬਲਿਸ਼ ਕਰਨ ਦੇ ਲਈ ਵੀ ਲੋਕਾਂ ਦੇ ਵਿੱਚ ਜਿਹੜੇ ਸੋਸ਼ਲ ਸਰਵਿਸ ਦੇ ਜਿਹੜੇ ਆਈਡੀਆਜ਼ ਨੇ ਉਹਨਾਂ ਨੂੰ ਇਨਕਲਕੇਟ ਕੀਤਾ ਜਾਵੇ, ਤੇ ਹੈਲਦੀ ਤੇ ਮਤਲਬ ਵਧੀਆ ਪ੍ਰੋਪਰ ਜ਼ਿੰਦਗੀ ਦੇ ਰਾਹ ਦੇ ਵਿੱਚ ਉਹਨਾਂ ਲੋਕਾਂ ਨੂੰ ਪਾਇਆ ਜਾ ਸਕੇ। ਇਹ ਸੀਗਾ ਟੋਲਸਟਾਏ ਫਾਰਮ ਨੂੰ ਸਟੈਬਲਿਸ਼ ਕਰਨ ਦਾ ਮਕਸਦ, ਤੇ ਇਹ 1913 ਤੱਕ ਇਹਨਾਂ ਦੇ ਇਹ ਫਾਰਮ ਨੇ ਕੰਮ ਕੀਤਾ। ਇਹ ਫਾਰਮ ਸੀਗਾ ਜਿਹੜਾ, ਇਹ ਵੀ ਤੁਸੀਂ ਕਹਿ ਲਓ ਇੱਕ ਤਰ੍ਹਾਂ ਦਾ ਜ਼ਰੀਆ ਬਣਿਆ, ਜਿਹੜੇ ਬਾਪੂ ਗਾਂਧੀ ਦੇ ਭਾਰਤ ਦੇ ਵਿੱਚ ਜਿਹੜੇ ਸੱਤਿਆਗ੍ਰਹਿ ਆਸ਼ਰਮ ਹੁੰਦੇ ਸੀਗੇ, ਠੀਕ ਹੈ, ਉਹਨਾਂ ਦਾ ਇਹ ਇੱਕ ਤਰ੍ਹਾਂ ਦਾ ਮੁੱਢ ਬਣਿਆ ਸੀ। ਫਿਰ ਗੱਲ ਕਰਦੇ ਹਾਂ ਜੀ ਪੋਲ ਟੈਕਸ, ਇੰਡੀਅਨ ਮੈਰਿਜਿਸ ਨੂੰ ਲੈ ਕੇ ਕੀ ਰੇੜਕਾ ਪੈ ਗਿਆ ਸੀ, ਜਿਹਨੂੰ ਲੈ ਕੇ ਬਾਪੂ ਗਾਂਧੀ ਨੂੰ, ਠੀਕ ਹੈ, ਫਿਰ ਅੰਗਰੇਜ਼ ਸਰਕਾਰ ਦੇ ਨਾਲ ਸਿੰਘ ਪਸਾਉਣੇ ਪੈ ਗਏ। ਸੋ ਦੇਖੋ ਪਹਿਲੀ ਗੱਲ, ਜਿਹੜੇ ਐਕਸ ਇੰਡੈਂਚਰਡ ਲੇਬਰ ਸੀ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਵੀ ਜਿਹਨਾਂ ਦਾ ਕੰਟਰੈਕਟ ਖਤਮ ਹੋ ਚੁੱਕਿਆ ਹੁੰਦਾ ਬਟ ਉਹ ਅਫਰੀਕਾ ਵਿੱਚ ਸੈਟਲ ਹੋਏ ਜਿਹੜੇ, ਉਹਨਾਂ ਨੂੰ ਉਹ ਲੋਕਾਂ ਨੂੰ ਅੰਗਰੇਜ਼ਾਂ ਦੁਆਰਾ ਜਰਿਆ ਨਹੀਂ ਗਿਆ। ਅੰਗਰੇਜ਼ ਕਹਿੰਦੇ ਵੀ ਭਾਈ ਜੇ ਤੁਸੀਂ ਉਰੇ ਰਹਿਣਾ ਹੈ ਤਾਂ ਤੁਹਾਨੂੰ 3 pounds ਦਾ ਪੋਲ ਟੈਕਸ ਦੇਣਾ ਪਊਗਾ, ਠੀਕ ਹੈ, ਤੇ ਇਹ ਟੈਕਸ ਤਾਂ ਬਹੁਤ ਜ਼ਿਆਦਾ ਸੀਗਾ ਭਾਈ ਉਸ ਵੇਲੇ, 3 pounds ਤਾਂ ਬਹੁਤ ਜ਼ਿਆਦਾ ਸੀ ਇਹਨਾਂ ਲੋਕਾਂ ਵਾਸਤੇ, ਇਹਨਾਂ ਗਰੀਬ ਲੋਕਾਂ ਵਾਸਤੇ, ਜੋ ਕਿ ਇੱਕ ਮਹੀਨੇ ਦੇ ਤੁਸੀਂ ਕਹਿ ਲਓ ਤੇ 10 shillings, ਸਭ ਤੋਂ ਛੋਟੀ ਕਰੰਸੀ ਰਿਫੋਰਮ ਹੋਣੀ ਹੈ, ਠੀਕ ਹੈ, 10 shillings ਤੋਂ ਵੀ ਘੱਟ ਕਮਾਉਂਦੇ ਸੀਗੇ ਉਹ ਲੋਕ, 3 pounds ਕਿੱਥੋਂ ਭਰ ਦਿੰਦੇ। ਸੋ ਭਾਈ ਰਿੜਕਾ ਪੈ ਗਿਆ ਤੇ ਬਾਪੂ ਗਾਂਧੀ ਨੂੰ ਉਹਨਾਂ ਨੇ ਮੂਹਰੇ ਲਿਆਂਦਾ ਵੀ ਭਾਈ ਸਾਡਾ ਤਾਂ ਹੱਲ ਕਰੋ। ਉਸ ਤੋਂ ਇਲਾਵਾ ਹਾਲੇ ਇਹ ਰੌਲਾ ਚੱਲ ਹੀ ਰਿਹਾ ਸੀ, ਨਾਲ ਦੀ ਨਾਲ 1913 ਦੇ ਵਿੱਚ ਜਿਹੜੀ ਉੱਥੇ ਸੁਪਰੀਮ ਕੋਰਟ ਹੁੰਦੀ ਸੀ ਉਹਨਾਂ ਨੇ ਇੱਕ ਆਰਡਰ ਪਾਸ ਕਰਤਾ ਵੀ ਜਿਹੜੇ ਨੋਨ ਕ੍ਰਿਸਚਨ ਵਿਆਹ ਨੇਗੇ, ਯਾਨੀ ਕਿ ਜਿਹਨਾਂ ਦੇ ਵਿਆਹ ਕ੍ਰਿਸਚਨ ਰੀਤੀ ਰਿਵਾਜਾਂ ਦੇ ਅਕੋਰਡਿੰਗ ਨਹੀਂ ਹੋਏ, ਚਾਹੇ ਉਹ ਹਿੰਦੂ ਨੇ, ਚਾਹੇ ਮੁਸਲਿਮ ਨੇ, ਚਾਹੇ ਪਾਰਸੀ ਨੇ, ਜੋ ਕਿ ਅਫਰੀਕਾ 'ਚ ਰਹਿੰਦੇ ਨੇ, ਉਹ ਸਾਰੇ ਵਿਆਹ ਇਲੀਗਲ ਨੇਗੇ, ਠੀਕ ਹੈ, ਉਹਨਾਂ ਨੂੰ ਅਸੀਂ ਵਿਆਹ ਨਹੀਂ ਮੰਨਾਂਗੇ। ਤੇ ਇਹ ਜੱਜਮੈਂਟ ਤੋਂ ਬਾਅਦ ਭਾਈ ਅੰਗਰੇਜ਼ ਸਰਕਾਰ ਦਾ ਹੋ ਗਿਆ ਬਹੁਤ ਜ਼ਿਆਦਾ ਵਿਰੋਧ, ਖਾਸ ਕਰਕੇ ਔਰਤਾਂ ਦੇ ਡਿਗਨਿਟੀ ਨੂੰ ਠੇਸ ਪਹੁੰਚੀ। ਉਹਨਾਂ ਨੇ ਵੀ ਬਾਪੂ ਗਾਂਧੀ ਦੇ ਨਾਲ ਰਲ ਕੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਬਹੁਤ ਹੀ ਵਧੀਆ ਰਜਿਸਟੈਂਸ ਦਿਖਾਈ। ਬਾਪੂ ਗਾਂਧੀ ਜਿਹੜੀ ਘਰ ਵਾਲੀ ਸੀਗੀ ਕਸਤੂਰਬਾ ਗਾਂਧੀ, ਉਹ ਵੀ ਮੂਹਰੇ ਆ ਗਏ ਇਸ ਰਜਿਸਟਰ ਦੇ, ਤੇ ਉਹਨਾਂ ਨੂੰ ਵੀ ਜੇਲ੍ਹ ਜਾਣਾ ਪਿਆ। ਤੇ ਫਿਰ ਫਾਈਨਲੀ ਸੁਪਰੀਮ ਕੋਰਟ ਨੇ ਇਹ ਮੈਰਿਜਿਸ ਨੂੰ ਲੈ ਕੇ ਜਿਹੜਾ ਡਿਸੀਜਨ ਦਿੱਤਾ ਸੀ ਇਹ ਫੈਸਲਾ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ, ਤੇ ਜਿਹੜਾ ਪੋਲ ਟੈਕਸ ਵਾਲਾ ਜਿਹੜਾ ਮੈਟਰ ਸੀਗਾ ਇਹ ਵੀ ਘਟਾ ਦਿੱਤਾ ਗਿਆ ਸੀ। ਬਾਪੂ ਗਾਂਧੀ ਨੇ ਖਾਸੀ ਡਿਮਾਂਡਾਂ ਮੰਗ ਲਈਆਂ ਸੀ। ਫਿਰ ਆ ਗਿਆ ਜੀ ਟਰਾਂਸਵਾਲ ਇਮੀਗ੍ਰੇਸ਼ਨ ਐਕਟ, 1913 ਵਿੱਚ ਆ ਗਿਆ ਸੀ, ਠੀਕ ਹੈ। ਇਹ ਕੀ ਕਹਿੰਦਾ ਸੀ ਤਾਂ ਦੇਖੋ, ਉਸ ਵੇਲੇ ਜੇ ਵੀ ਕੋਈ ਕੰਮ ਕਰਨ ਲਈ ਬੰਦਾ ਜਾਂਦਾ ਸੀ ਨੈਟਲ ਤੋਂ ਟਰਾਂਸਵਾਲ, ਆ ਦੇਖੋ ਮੈਪ ਦੇ ਵਿੱਚ, ਜੇ ਕਿਸੇ ਨੇ ਨੈਟਲ ਤੋਂ ਟਰਾਂਸਵਾਲ ਜਾਣਾ ਸੀ ਤਾਂ ਉਹਨੂੰ ਪਰਮਿਟ ਚਾਹੀਦਾ ਹੁੰਦਾ ਸੀਗਾ, ਠੀਕ ਹੈ, ਬਿਨਾਂ ਪਰਮਿਟ ਤੋਂ ਕੋਈ ਜਾ ਨਹੀਂ ਸਕਦਾ ਸੀ। ਹੁਣ ਭਾਈ ਕਿਸੇ ਦਾ ਜਮੀ ਬਾਰਡਰ ਤੇ ਘਰ ਹੁੰਦਾ ਸੀ, ਉਹਨੇ ਜੇ ਇੱਥੋਂ ਇੱਥੇ ਕੰਮ ਜਾਣਾ ਸੀਗਾ ਜਿਹਦੇ ਕਰਕੇ ਉਹਦੀ ਰੋਜ਼ੀ ਰੋਟੀ ਚੱਲਦੀ ਸੀ, ਉਹ ਹੁਣ ਪਰਮਿਟ ਕਿੱਥੋਂ ਬਣਾਵੇ, ਠੀਕ ਹੈ। ਸੋ ਇਸ ਚੀਜ਼ ਦਾ ਇਹਨਾਂ ਨੇ ਵਿਰੋਧ ਕੀਤਾ, ਠੀਕ ਹੈ, ਜਿਹੜਾ ਇਸ ਐਕਟ ਨੇ ਇਸ ਐਕਟ ਦਾ ਇਹਨਾਂ ਨੇ ਵਿਰੋਧ ਕੀਤਾ। ਤੇ ਉਹਨਾਂ ਨੇ ਲੋਕਾਂ ਨੇ ਵਿਰੋਧ ਕਿਵੇਂ ਜਿਤਾਇਆ, ਬਾਪੂ ਗਾਂਧੀ ਨੇ ਮਿਲ ਕੇ ਉਹਨਾਂ ਨੇ ਬਾਰਡਰ ਟੱਪਤਾ ਬਿਨਾਂ ਪਰਮਿਟ ਤੋਂ, ਠੀਕ ਹੈ, ਬਹੁਤ ਬੰਦੇ ਸੀਗੇ, 5-6 ਹਜ਼ਾਰ ਬੰਦਾ
ਇਹ ਇਹ ਸੈਕਟਰ ਦਾ ਐਂ ਵਿਰੋਧ ਕਰਾਂਗੇ ਆਪਾਂ ਬਾਰਡਰੀ ਪਾਰ ਕਰਦੇ ਹਾਂ ਤੇ ਹੋਇਆ ਕਿ ਬਾਪੂ ਗਾਂਧੀ ਸਮੇਤ ਸਾਰੇ ਬੰਦੇ ਸੀਗੇ ਉਹਨਾਂ ਨੂੰ ਜੇਲ੍ਹ ਕਰ ਦਿੱਤਾ ਗਿਆ ਬਟ ਬਾਪੂ ਗਾਂਧੀ ਦਾ ਇਹ ਸਟਰਗਲ ਦੇਖ ਕੇ ਭਾਰਤ ਦੇ ਵਿੱਚ ਜਿਹੜੇ ਇਹਨਾਂ ਦੇ ਪੋਲੀਟੀਕਲ ਗੁਰੂ ਸੀਗੇ ਗੋਪਾਲ ਕ੍ਰਿਸ਼ਨ ਗੋਖਲੇ ਸਾਹਿਬ ਉਹਨਾਂ ਨੇ ਭਾਰਤੀਆਂ ਨੂੰ ਕਿਹਾ ਵੀ ਦੇਖ ਲਓ ਸ਼ਰਮ ਕਰ ਲਓ ਬਾਪੂ ਗਾਂਧੀ ਉੱਥੇ ਦੇਖ ਲਓ ਵੀ ਕਿੰਨਾ ਵਧੀਆ ਮਤਲਬ ਤੁਸੀਂ ਕਹਿ ਲਓ ਅੰਗਰੇਜ਼ਾਂ ਦੇ ਖਿਲਾਫ ਰਜਿਸਟਰ ਦਿਖਾ ਰਹੇ ਨੇ ਇੱਥੇ ਤੁਹਾਨੂੰ ਕੀ ਗੋਲੀ ਲੱਗੀ ਹੈ ਸੋ ਤੁਸੀਂ ਵੀ ਪੂਰਾ ਸਪੋਰਟ ਕਰੋ ਸਾਊਥ ਅਫਰੀਕਾ ਦੇ ਵਿੱਚ ਠੀਕ ਹੈ ਬਾਪੂ ਗਾਂਧੀ ਦੇ ਇਸ ਸਟਰਗਲ ਨੂੰ ਤੇ ਭਾਰਤ ਦੇ ਵਿੱਚ ਵੀ ਜਿਹੜਾ ਇੰਡੀਅਨ ਟ੍ਰੇਡ ਸਟਰਗਲ ਹੈ ਉਹਨੂੰ ਸਪੋਰਟ ਕਰੋ ਸੋ ਫਿਰ ਨੈਗੋਸ਼ੀਏਸ਼ਨਾਂ ਹੋਈਆਂ ਤੇ ਬਾਪੂ ਗਾਂਧੀ ਦੇ ਜਿਹੜੇ ਮੋਸਟਲੀ ਡਿਮਾਂਡਾਂ ਸੀਗੀਆਂ ਉਹ ਐਕਸੈਪਟ ਕਰ ਲਿੱਤੀਆਂ ਗਈਆਂ ਸੀ ਫਿਰ ਹੁਣ ਇਹ ਤਾਂ ਟੌਪਿਕ ਹੋ ਗਿਆ ਜੀ ਖਤਮ ਬਾਪੂ ਗਾਂਧੀ ਦਾ ਅਫਰੀਕਾ ਦੇ ਵਿੱਚ ਕੀ ਤਜਰਬਾ ਰਿਹਾ ਹੁਣ ਆਪਾਂ ਉਹਨੂੰ ਡਿਸਕਸ ਕਰਦੇ ਹਾਂ ਜੀ ਸੋ ਬਾਪੂ ਗਾਂਧੀ ਨੇ ਇੱਕ ਚੀਜ਼ ਇਹ ਨੋਟ ਕੀਤੀ ਵੀ ਜਿਹੜੇ ਲੋਕ ਨੇ ਜੇ ਇਹ ਲੋਕ ਨੇ ਇਹਨਾਂ ਨੂੰ ਇਕੱਠਾ ਕੀਤਾ ਜਾ ਸਕੇ ਇਹਨਾਂ ਨੂੰ ਏਕਾ ਬਣਾਏ ਰੱਖਿਆ ਜਾ ਸਕੇ ਇਹਨਾਂ ਨੂੰ ਯੂਨਾਈਟ ਕੀਤਾ ਜਾਵੇ ਤਾਂ ਇਹਨਾਂ ਲੋਕਾਂ ਦੇ ਵਿੱਚ ਭਾਈ ਕਪੈਸਿਟੀ ਬਹੁਤ ਹੈਗੀ ਠੀਕ ਹੈ ਇਹ ਆਪਦੇ ਹੱਕ ਲੈਣ ਦੀ ਠੀਕ ਹੈ ਇਹ ਬਲੀਦਾਨ ਵੀ ਦੇ ਸਕਦੇ ਨੇ ਕਿਸੇ ਸਮੇਂ ਤਿਆਰ ਰਹਿੰਦੇ ਨੇ ਜੇ ਇਹਨਾਂ ਦਾ ਮਤਲਬ ਪ੍ਰੋਪਰ ਮਾਇੰਡ ਦੇ ਵਿੱਚ ਇਹ ਚੀਜ਼ ਆਪਾਂ ਭਾਵੀਏ ਦੂਸਰਾ ਉਹਨਾਂ ਨੇ ਇਹ ਚੀਜ਼ ਵੀ ਦੇਖੀ ਹੈ ਵੀ ਜਦੋਂ ਮੁਸੀਬਤ ਪੈਂਦੀ ਹੈ ਤਾਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੁੰਦੇ ਨੇ ਆਦਮੀ ਤੇ ਔਰਤਾਂ ਵੀ ਇਕੱਠੇ ਹੁੰਦੇ ਨੇ ਤੇ ਉਹਨਾਂ ਨੂੰ ਮਿਲਾ ਕੇ ਇਕੱਠੇ ਕਰਕੇ ਇੱਕ ਵਧੀਆ ਲੀਡਰਸ਼ਿਪ ਮਤਲਬ ਬੰਨੀ ਜਾ ਮਤਲਬ ਤੁਸੀਂ ਕਹਿ ਲਓ ਮੈਂ ਕੋਈ ਵੀ ਬੰਦਾ ਵਧੀਆ ਲੀਡਰ ਬਣ ਕੇ ਉਹਨਾਂ ਨੂੰ ਨਾਲ ਲੈ ਕੇ ਜਾ ਸਕੇ ਆਪਣੀ ਹੱਕ ਜਿੱਤ ਸਕਦਾ ਹੈਗਾ ਇਹ ਸਾਰੀਆਂ ਚੀਜ਼ਾਂ ਬਾਪੂ ਗਾਂਧੀ ਨੇ ਉੱਥੋਂ ਸਿੱਖੀਆਂ ਤੇ ਇਹੀ ਚੀਜ਼ਾਂ ਆ ਕੇ ਭਾਰਤ ਦੇ ਵਿੱਚ ਬਾਪੂ ਗਾਂਧੀ ਨੇ ਵਰਤੀਆਂ ਸੀਗੇ ਜੋ ਕਿ ਆਪਾਂ ਹੁਣ ਆਉਣ ਵਾਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਹੁਣ ਬਾਪੂ ਦਾ ਜਿਹੜਾ ਸੱਤਿਆਗ੍ਰਹਿ ਸ਼ਬਦ ਸੀਗਾ ਇਹ ਸੱਤਿਆਗ੍ਰਹਿ ਕਰਦੇ ਰਹਿੰਦੇ ਸੀਗੇ ਇਹ ਸੱਤਿਆਗ੍ਰਹਿ ਹੁੰਦਾ ਕੀ ਕਹਿੰਦਾ ਸੀਗਾ ਇਹਦੇ ਬਾਰੇ ਵੀ ਆਪਾਂ ਕੁਝ ਗੱਲਾਂ ਪੜ੍ਹ ਲੈਣਾ ਕਿਉਂਕਿ ਯੂਪੀਐਸਸੀ ਨੇ ਇੱਕ ਵਾਰ ਸੱਤਿਆਗ੍ਰਹਿ ਚ ਵੀ ਕੁਐਸਚਨ ਪੁੱਛਿਆ ਸੀਗਾ ਵੀ ਦੱਸੋ ਬਾਪੂ ਗਾਂਧੀ ਦੇ ਅਕੋਰਡਿੰਗ ਜਿਹੜਾ ਸੱਤਿਆਗ੍ਰਹਿ ਹੁੰਦਾ ਸੀਗਾ ਕੁਐਸਚਨ ਦੇਖੋ ਕਿੰਨਾ ਵਧੀਆ ਪੁੱਛਿਆ ਯੂਪੀਐਸਸੀ ਵਾਲੇ ਨੇ ਉਹਨੇ ਦੇਖੋ ਤਿੰਨ ਚਾਰ ਆਪਸ਼ਨਾਂ ਦਿੱਤੀਆਂ ਉਹਨੇ ਪੁੱਛਿਆ ਵੀ ਜਿਹੜਾ ਆਈਡੀਅਲ ਸੱਤਿਆਗ੍ਰਹਿ ਹੈ ਬਾਪੂ ਗਾਂਧੀ ਦੇ ਅਕੋਰਡਿੰਗ ਉਹ ਕਿਹੋ ਜਿਹਾ ਹੋਣਾ ਚਾਹੀਦਾ ਤੇ ਆਹ ਆਪਸ਼ਨਾਂ ਪੜ੍ਹ ਕੇ ਦੇਖ ਲਓ ਕਿਹੜਾ ਕਿਹੋ ਜਿਹਾ ਬੰਦਾ ਸੱਤਿਆਗ੍ਰਹਿ ਹੋਣਾ ਚਾਹੀਦਾ ਹੈਗਾ ਤੇ ਉਹੀ ਜਿਹਾ ਤਾਂ ਫਿਰ ਤੁਸੀਂ ਅਨਸਰ ਲਾਏ ਹੁੰਦੇ ਸੋ ਸੱਤਿਆਗ੍ਰਹਿ ਟੈਕਨੀਕ ਸੀ ਇਹ ਬਾਪੂ ਗਾਂਧੀ ਨੇ ਸਾਊਥ ਅਫਰੀਕਾ ਦੇ ਵਿੱਚ ਆਪਦੇ ਮਨ ਦੇ ਵਿੱਚ ਕਾਢ ਕੱਢੀ ਤੇ ਇਹ ਜੀ ਟੈਕਨੀਕ ਨੇ ਅੱਗੇ ਜਾ ਕੇ ਭਾਰਤ ਦੀ ਫਰੀਡਮ ਸਟਰਗਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀਗਾ ਆਪਾਂ ਦੇਖਾਂਗੇ ਲੱਗੇ ਸੋ ਇਹ ਬੇਸਿਕਲ ਜਿਹੜਾ ਸੱਤਿਆਗ੍ਰਹਿ ਹੁੰਦਾ ਸੀ ਇਹ ਟਰੁੱਥ ਸੱਚਾਈ ਤੇ ਨੌਨ ਵਾਇਲੈਂਸ ਦੇ ਉੱਪਰ ਬੇਸ ਸੀਗਾ ਯਾਨੀ ਕਿ ਅਹਿੰਸਾ ਤੇ ਸੱਚਾਈ ਦੇ ਇਹ ਪੱਖ ਦੇ ਵਿੱਚ ਹੁੰਦਾ ਸੀਗਾ ਇਹਨਾਂ ਦਾ ਇਹ ਸੱਤਿਆਗ੍ਰਹਿ ਇਹਨਾਂ ਦੇ ਅਕੋਰਡਿੰਗ ਬਾਪੂ ਗਾਂਧੀ ਦੇ ਅਕੋਰਡਿੰਗ ਜਿਹੜਾ ਸੱਤਿਆਗ੍ਰਹਿ ਹੁੰਦਾ ਸੀ ਉਹ ਕੌਣ ਹੁੰਦਾ ਸੀ ਸੋ ਸੱਤਿਆਗ੍ਰਹਿ ਬਾਪੂ ਗਾਂਧੀ ਦੇ ਅਕੋਰਡਿੰਗ ਉਹ ਬੰਦਾ ਸੀਗਾ ਜਿਹੜਾ ਨਾ ਤਾਂ ਗਲਤ ਹੁੰਦਾ ਦੇਖੇ ਤੇ ਹਮੇਸ਼ਾ ਸੱਚਾ ਰਹੇ ਨੌਨ ਵਾਇਲੈਂਟ ਰਹੇ ਠੀਕ ਹੈ ਤੇ ਨਿਡਰ ਰਹੇ ਸੋ ਉਹ ਬੰਦਾ ਸੱਤਿਆਗ੍ਰਹਿ ਟਰੂ ਸੱਤਿਆਗ੍ਰਹਿ ਹੋਊਗਾ ਤੇ ਸੱਤਿਆਗ੍ਰਹਿ ਕਦੇ ਵੀ ਇਹ ਝੇਪ ਨਹੀਂ ਮੰਨੂਗਾ ਜੇ ਉਹਨੂੰ ਕਿਸੇ ਨਾਲ ਕੋਆਪਰੇਟ ਕੀਤਾ ਹੋਇਆ ਕਿਸੇ ਵੀ ਫਰਜ਼ ਕਰੋ ਕੋਈ ਕਿਸੇ ਨਾਲ ਵੀ ਵਧੀਆ ਬਿਜ਼ਨਸ ਚੱਲਦਾ ਹੈ ਬਟ ਜੇ ਉਹ ਬੰਦਾ ਮੂਰਲਾ ਗਲਤ ਕਰ ਰਿਹਾ ਤਾਂ ਇਹ ਬੰਦਾ ਝੇਪ ਨਹੀਂ ਮੰਨੂਗਾ ਆਪਣੀ ਕੋਆਪਰੇਸ਼ਨ ਵਾਪਸ ਖਿੱਚਣ ਦੇ ਲਈ ਤੇ ਉਸ ਚੀਜ਼ ਦਾ ਵਿਦਰੋਹ ਕਰਨ ਦੇ ਲਈ ਬਾਇਕਆਊਟ ਕਰਨ ਦੇ ਲਈ ਉਹ ਹਮੇਸ਼ਾ ਤਿਆਰ ਹੋਊਗਾ ਜਿਵੇਂ ਕਿ ਤਰੀਕੇ ਕਿਹੜੇ ਸੀਗੇ ਸੱਤਿਆਗ੍ਰਹਿ ਕਰਨ ਦੇ ਟੈਕਸਿਸ ਦੀ ਪੇਮੈਂਟ ਨਾ ਕਰਨੀ ਜਿਹੜੇ ਵੀ ਸਰਕਾਰ ਵੱਲੋਂ ਓਨਰ ਕੋਈ ਅਵਾਰਡ ਵਗੈਰਾ ਮਿਲੇ ਹੋਏ ਨੇ ਉਹਨਾਂ ਨੂੰ ਵਾਪਸ ਕਰਨਾ ਠੀਕ ਹੈ ਕੋਈ ਅਥਾਰਟੀ ਕੋਈ ਅਹੁਦਾ ਮਿਲਿਆ ਹੈ ਸਰਕਾਰ ਵੱਲੋਂ ਉਹਨਾਂ ਅਹੁਦਿਆਂ ਨੂੰ ਵਾਪਸ ਕਰਨਾ ਤੇ ਸੱਤਿਆਗ੍ਰਹਿ ਹੋਊਗਾ ਹਮੇਸ਼ਾ ਠੀਕ ਹੈ ਸਫ਼ਰ ਕਰਨ ਦੇ ਲਈ ਭੁਗਤਣ ਦੇ ਲਈ ਤਿਆਰ ਹੋਊਗਾ ਠੀਕ ਹੈ ਜਿਹੜਾ ਰੋਂਗ ਡੋਰ ਹੋਊਗਾ ਗਲਤ ਹੋਊਗਾ ਉਹਦੇ ਖਿਲਾਫ ਤੇ ਇਹ ਸਫਰਿੰਗ ਉਹਦੀ ਜ਼ਿੰਦਗੀ ਦਾ ਹਿੱਸਾ ਹੋਊਗੀ ਸੱਚ ਦੇ ਖਿਲਾਫ ਸੱਚ ਦੇ ਲਈ ਸੱਚ ਸੋਰੀ ਸੱਚ ਦੇ ਖਿਲਾਫ ਨਹੀਂ ਸੱਚ ਦੇ ਲਈ ਲੜਨ ਦੇ ਲਈ ਫਿਰ ਇਹ ਕਹਿੰਦੇ ਵੀ ਈਵਨ ਵਾਈਲ ਕੈਰਿੰਗ ਆਊਟ ਹਿਸ ਸਟਰਗਲ ਅਗੇਂਸਟ ਦਾ ਰੋਂਗ ਡੋਰ ਐ ਟਰੂ ਸੱਤਿਆਗ੍ਰਹਿ ਹੈਵ ਨੋ ਇਨ ਫੀਲਿੰਗ ਫੋਰ ਦਾ ਰੋਂਗ ਡੋਰ ਦੇਖੋ ਬਾਪੂ ਗਾਂਧੀ ਤੁਹਾਨੂੰ ਜਾ ਕੇ ਸਿਆਣੀ ਗੱਲਾਂ ਕਰਨ ਲੱਗੇ ਇਹ ਕਹਿੰਦੇ ਜੇ ਤੁਸੀਂ ਗਲਤ ਦੇ ਖਿਲਾਫ ਲੜ ਰਹੇ ਹੋ ਤਾਂ ਕਿਸੇ ਗਲਤ ਬੰਦੇ ਦੇ ਖਿਲਾਫ ਲੜ ਰਹੇ ਹੋ ਤੁਹਾਡਾ ਉਹਦੇ ਖਿਲਾਫ ਸਟਰਗਲ ਹੈਗਾ ਤਾਂ ਉਹਦੇ ਖਿਲਾਫ ਲੜੋ ਬਟ ਉਹਦੇ ਪਰਸਨਲੀ ਕੋਈ ਉਹਦੇ ਖਿਲਾਫ ਕੋਈ ਇਨ ਫੀਲਿੰਗ ਨਾ ਰੱਖੋ ਠੀਕ ਹੈ ਕੋਈ ਵੀ ਮਤਲਬ ਕੋਈ ਅਗਲਾ ਕਹਿੰਦਾ ਵੀ ਯਾਰ ਇਹ ਬੰਦੇ ਨਾਲ ਖਾਰ ਖਾ ਜਾਓ ਨਾ ਉਹਦੇ ਜੇ ਕੋਈ ਕੰਮ ਗਲਤ ਕਰਦਾ ਉਹਦੇ ਕੰਮ ਦੇ ਖਿਲਾਫ ਵਿਦਰੋਹ ਕਰੋ ਨਾ ਕਿ ਉਹਦੇ ਖਿਲਾਫ ਤੁਸੀਂ ਕੋਈ ਇਲ ਫੀਲਿੰਗ ਰੱਖੋ ਠੀਕ ਹੈ ਉਹਦੇ ਖਿਲਾਫ ਹੇਟਡ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਉਹ ਬੰਦਾ ਵੀ ਸੱਚਾ ਸੱਤਿਆਗ੍ਰਹੀ ਹੈ ਸੋ ਇਹ ਸਾਰੀਆਂ ਗੱਲਾਂ ਸੀਗੀਆਂ ਤੇ ਜੋ ਬਾਪੂ ਗਾਂਧੀ ਕਿਸੇ ਬੰਦੇ ਚ ਮੰਨਦੇ ਸੀਗੇ ਵੀ ਇਹ ਬੰਦਾ ਆਈਡੀਅਲ ਸੱਤਿਆਗ੍ਰਹਿ ਹੋਣਾ ਚਾਹੀਦਾ ਵੀ ਉਹ ਤਕੜਾ ਹੋਵੇ ਬ੍ਰੇਵ ਹੋਵੇ ਸਟਰੋਂਗ ਹੋਵੇ ਠੀਕ ਹੈ ਕਮਜ਼ੋਰ ਬੰਦਿਆਂ ਵਾਸਤੇ ਇਹ ਸ਼ਬਦ ਮਾਇਨੇ ਨਹੀਂ ਰੱਖਦਾ ਸੋ ਇਹ ਸੀ ਆਪਣਾ ਅੱਜ ਦਾ ਲੈਕਚਰ ਮਿਲਦਾ ਜਲਦੀ ਕੋਸ਼ਿਸ਼ ਕਰੂੰਗਾ ਵੀ ਸ਼ਾਮ ਤੱਕ ਦੂਸਰੀ ਵੀਡੀਓ ਵੀ ਅਪਲੋਡ ਕਰ ਦਈਏ ਆਪਾਂ ਸੋ ਮਤਲਬ ਬਣੇ ਰਹੋ ਠੀਕ ਹੈ ਧਿਆਨ ਨਾਲ ਵੀਡੀਓ ਸੁਣਿਆ ਕਰੋ ਧੰਨਵਾਦ।